ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਸੀਂ ਦੇਖ ਰਹੇ ਹੋ ਗੈਵੀ ਚੌਹਾਨ ਵਲੌਗਸ, ਤੇ ਅੱਜ ਦੀ ਥੋੜ੍ਹੀ ਜਿਹੀ ਲਾਈਵ ਸਟ੍ਰੀਮਿੰਗ। ਪਹਿਲਾਂ ਅਸੀਂ ਲਿੰਕ ਪਾਇਆ ਸੀਗਾ ਤੇ ਉਹ ਕੋਈ ਟੈਕਨੀਕਲ ਰੀਜ਼ਨ ਕਰਕੇ ਉਹ ਸਕਸੈਸਫੁਲ ਨਹੀਂ ਹੋ ਸਕੀ। ਹੁਣ ਦੁਬਾਰਾ ਅਸੀਂ ਲਿੰਕ ਕ੍ਰੀਏਟ ਕਰਕੇ ਲਾਈਵ ਸਟ੍ਰੀਮਿੰਗ ਕਰ ਰਹੇ ਹਾਂ। ਮੇਰੇ ਨਾਲ ਹੈ ਅੱਜ ਦੇ ਗੈਸਟ ਕਰਨ ਔਲਖ, ਜਿਨ੍ਹਾਂ ਨੂੰ ਤੁਸੀਂ ਸਾਰੇ ਹੀ ਜਾਣਦੇ ਹੈ। ਇਹ ਬਾਈ ਜੀ 15 ਸਾਲ ਬਾਅਦ ਜਿਹੜੇ ਹੈਗੇ ਆ ਵਾਪਸ ਵਿਦ ਫੈਮਿਲੀ ਪੰਜਾਬ ਪੁੱਜੇ ਆ। ਪੰਜਾਬ ਨੂੰ ਇਹਨਾਂ ਨੇ ਚੁਣਿਆ, ਬਹੁਤ ਸਾਰੀਆਂ ਵੀਡੀਓ ਬਹੁਤ ਸਾਰੇ ਚੈਨਲਾਂ ਤੋਂ ਤੁਸੀਂ ਇਹਨਾਂ ਨੂੰ ਦੇਖਿਆ, ਇਹਨਾਂ ਨੇ ਆਪਦਾ ਐਕਸਪੀਰੀਅੰਸ ਸ਼ੇਅਰ ਕੀਤਾ। ਤੇ ਪਿੱਛੇ ਜੇ ਕੁਝ ਦਿਨ ਪਹਿਲਾਂ BBC ਨੇ ਵੀ ਇਹਨਾਂ ਦੀ ਇੰਟਰਵਿਊ ਕੀਤੀ ਸੀ ਤੇ ਬਾਈ ਜੀ ਨੇ ਪੂਰੇ ਡਿਟੇਲ ਨਾਲ ਦੱਸਿਆ ਸੀਗਾ ਵੀ ਇਹਨਾਂ ਦੀ ਵਜ੍ਹਾ ਵਾਪਸ ਮੁੜਨ ਦੀ ਕੀ ਸੀਗੀ। ਤੇ ਅੱਜ ਮੇਰੇ ਨਾਲ ਬਾਈ ਜੀ ਬਤੌਰ ਗੈਸਟ ਇਸ ਸ਼ੋਅ ਦੇ ਵਿੱਚ ਜੁੜੇ ਆ। ਸਭ ਤੋਂ ਪਹਿਲਾਂ ਔਲਖ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਬਾਈ, ਕੀ ਹਾਲ ਹੈ ਜੀ? ਬਸ ਵਧੀਆ ਵਧੀਆ, ਤੁਸੀਂ ਠੀਕ ਹੋ? ਹਾਂਜੀ ਹਾਂਜੀ ਬਾਈ, ਠੀਕ ਹੈ ਜੀ। ਤੇ ਜਿਵੇਂ ਮੁੱਦਾ ਹਨਾ ਚੱਲ ਰਿਹਾ, ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ, ਭਖਦੇ ਮੁੱਦਿਆਂ ਦੇ ਵਿੱਚੋਂ ਇੱਕ ਅਹਿਮ ਮੁੱਦਾ ਹਨਾ ਕੈਨੇਡਾ ਹਾਂਜੀ ਦਾ, ਵੀ ਜੋ ਅੱਜ ਦੇ ਹਾਲਾਤ ਆ ਕੈਨੇਡਾ ਦੇ ਸਾਰੇ ਹਾਂਜੀ ਹੀ ਜਾਣੂ ਹੈ ਤੇ ਕੁਛ ਲੋਕ ਨਹੀਂ ਵੀ ਜਾਣੂ, ਕਿਉਂਕਿ ਬਹੁਤ ਸਾਰੇ ਮੁੱਦੇ ਹੈਗੇ, ਬਹੁਤ ਸਾਰੇ ਵਿਸ਼ੇ ਹੈਗੇ ਆ ਜਿਨ੍ਹਾਂ ਦੇ ਵਿਚਾਰ ਚਰਚਾ ਕਰਨੀ ਬਣਦੀ ਹੈ। ਇਸੇ ਕਰਕੇ ਹੀ ਅਸੀਂ ਤੁਹਾਨੂੰ ਰਿਕੁਐਸਟ ਕੀਤੀ ਸੀ ਵੀ ਇੱਕ ਵਾਰੀ ਸਾਡੇ ਨਾਲ ਜੁੜ ਕੇ ਜਿਹੜੇ ਕੁਛ ਖਾਸਮ ਖਾਸ ਮੁੱਦੇ ਹੈਗੇ ਉਹਨਾਂ ਤੇ ਵਿਚਾਰ ਚਰਚਾ ਕੀਤੀ ਜਾਵੇ। ਤੇ ਮੇਰਾ ਬਾਹਲਾ ਟਾਈਮ ਵੇਸਟ ਆਪਾਂ ਨਾ ਕਰਦੇ ਹੋਏ ਮੇਰਾ ਪਹਿਲਾ ਸਵਾਲ ਤੁਹਾਨੂੰ ਇਹੀ ਹੈ ਕਿ ਅੱਜ ਦੇ ਹਾਲਾਤ ਆ ਜੋ ਇਸ ਟਾਈਮ ਕੈਨੇਡਾ ਦੇ, ਉਹ ਕਿੱਥੇ ਖੜੇ ਆ? ਬਈ, ਡੇ ਬਾਈ ਡੇ ਸਪੈਸ਼ਲੀ ਸਟੂਡੈਂਟਸ ਵਾਸਤੇ ਸਭ ਕੁਝ ਹਾਰਡ ਹੋ ਰਿਹਾ ਉੱਥੇ, ਕਿਉਂਕਿ ਉਹਨਾਂ ਨੇ ਬਹੁਤ ਸਾਰੀਆਂ ਸਟੂਡੈਂਟਸ ਵਾਸਤੇ ਚੇਂਜਸ ਕੀਤੀਆਂ, ਸਪਾਊਸ ਵੀਜ਼ਾ ਤੇ ਚੇਂਜਸ ਕੀਤੀਆਂ। ਤੇ ਸਪੈਸ਼ਲੀ ਇਹਦੇ ਵਿੱਚ ਕੀ ਹੋਇਆ ਕਿ ਹੁਣ ਇਹਨਾਂ ਨੇ ਸਪਾਊਸ ਵੀਜ਼ਾ ਦੇਣਾ ਬੰਦ ਕਰਤਾ ਹੈਗਾ ਕੈਨੇਡਾ ਨੇ। ਸੋ ਪਿੱਛੇ ਜੇ ਬਹੁਤ ਸਾਰੇ ਵਿਆਹ ਹੋਏ ਆ ਜਿਹੜੇ ਕੁੜੀਆਂ ਨੇ ਮੁੰਡਿਆਂ ਨੂੰ ਲੈ ਕੇ ਜਾਣਾ ਸੀ ਜਾਂ ਮੁੰਡਿਆਂ ਨੇ ਕੁੜੀਆਂ ਨੂੰ ਬਾਹਰ ਲੈ ਕੇ ਜਾਣਾ ਸੀਗਾ। ਸੋ ਉਹਨਾਂ 'ਚ ਆਪਾਂ ਨੂੰ ਬਹੁਤ ਵੱਡੀ ਗਿਰਾਵਟ ਦੇਖਣ ਨੂੰ ਆਊਗੀ। ਜੀ, ਈਵਨ ਮੈਂ ਇਹ ਵੀ ਸੁਣਿਆ ਸੀਗਾ, ਥੋੜੇ ਦਿਨ ਪਹਿਲਾਂ ਮੈਨੂੰ ਕਿਸੇ ਭੈਣ ਦਾ ਫੋਨ ਆਇਆ ਸੀ, ਕਹਿੰਦੇ ਵੀ ਜਿੱਦਣ ਇਹ ਨਿਊਜ਼ ਪਬਲਿਸ਼ ਹੋਈ ਸੀ ਜਿਨ੍ਹਾਂ ਲੋਕਾਂ ਦਾ ਵਿਆਹ ਸੀ ਉਦਣ ਬਰਾਤਾਂ ਵਾਪਸ ਮੁੜੀਆਂ, ਇਸੇ ਰੀਜ਼ਨ ਕਰਕੇ ਵੀ ਪਤਾ ਨਹੀਂ ਸਾਡਾ ਮੁੰਡਾ ਬਾਹਰ ਜਾ ਸਕਦਾ ਕਿ ਨਹੀਂ ਜਾ ਸਕਦਾ। ਤੇ ਦੂਜੀ ਚੀਜ਼ ਇਹ, ਜਿਹੜੀਆਂ ਯੂਨੀਵਰਸਿਟੀਜ਼ ਆ ਕੈਨੇਡਾ ਦੀਆਂ, ਉਹ ਸਟੂਡੈਂਟਸ ਤੇ ਬਹੁਤ ਸ਼ਿਕੰਜਾ ਕੱਸ ਰਹੀਆਂ। ਈਵਨ ਤੁਹਾਨੂੰ ਪਤਾ ਹੋਣਾ, ਪਿੱਛੇ ਜੇ ਆਪਣੇ ਬਹੁਤ ਸਾਰੇ ਪੰਜਾਬੀ ਸਟੂਡੈਂਟਸ ਨਾਲ ਵਿਤਕਰਾ ਹੋਇਆ ਸੀਗਾ, ਉਹਨਾਂ ਨੂੰ ਐਗਜ਼ਾਮਸ 'ਚ ਫੇਲ ਕਰਤਾ ਸੀ, ਉਹਨਾਂ ਨੇ ਪ੍ਰੋਟੈਸਟ ਕੀਤਾ ਸੀਗਾ ਤੰਬੂਆਂ 'ਚ ਰਾਤ ਨੂੰ, ਈਵਨ ਯੂਨੀਵਰਸਿਟੀ ਦੇ ਬਾਹਰ ਰਾਤਾਂ ਕਿੰਨੀਆਂ ਗੁਜ਼ਾਰੀਆਂ। ਬਾਕੀ ਇਹਨਾਂ ਨੇ ਜਿਹੜੇ ਪ੍ਰੋਵਿੰਸ਼ੀਅਲ ਨੋਮੀਨੀਜ਼ ਪ੍ਰੋਗਰਾਮ ਆ ਉਹਨਾਂ 'ਚ ਬਹੁਤ ਸਾਰੀਆਂ ਚੇਂਜਸ ਕੀਤੀਆਂ, ਸਪੈਸ਼ਲੀ ਜਿਵੇਂ ਸਟੂਡੈਂਟਸ ਦਾ ਜਾਣਾ ਬਹੁਤ ਜ਼ਿਆਦਾ ਹਾਰਡ ਕਰਤਾ। ਈਵਨ ਜਿਹੜੇ ਬੱਚੇ ਉੱਥੇ ਪਹੁੰਚ ਵੀ ਰਹੇ ਆ ਉਹਨਾਂ ਲਈ ਕੰਮ ਸਭ ਤੋਂ ਵੱਡੀ ਪ੍ਰੋਬਲਮ ਬਣ ਰਹੀ ਹੈ ਜੀ, ਕਿਉਂਕਿ ਕੰਮ ਨਹੀਂ ਮਿਲਦਾ। ਵੀ ਜਿਵੇਂ ਕੈਨੇਡਾ ਨੇ ਸਟੱਡੀ ਕੈਪ ਲਾਇਆ ਹਨਾ, ਵੀ 2 ਸਾਲ ਦਾ ਸਟੱਡੀ ਕੈਪ ਲਾਤਾ ਤਾਂ ਕਿ ਜਿਹੜਾ ਕਰਾਊਡ ਆ ਉਹ ਘੱਟ ਕੀਤਾ ਜਾ ਸਕੇ, ਜਾਂ ਜਿਹੜਾ ਕਰਾਊਡ ਆਪਾਂ ਇਹ ਕਹਿ ਲਈਏ ਵੀ ਪਹਿਲਾਂ ਬਹੁਤ ਜ਼ਿਆਦਾ ਕਰਾਊਡ ਹੋ ਗਿਆ ਸੀ, ਉਹਨੂੰ ਮੈਨੇਜ ਕਰਨ ਵਾਸਤੇ ਕੈਨੇਡਾ ਗਵਰਨਮੈਂਟ ਨੇ ਇਹ ਸਟੈਪ ਲਿਆ। ਤੁਸੀਂ ਕੀ ਸਮਝਦੇ ਆ ਵੀ ਜਿਹੜਾ ਇਹ ਸਟੈਪ ਲਿਆ ਹੈਗਾ ਇਹ ਪੰਜਾਬ ਦੇ ਲੋਕਾਂ ਲਈ ਜਾਂ ਪੰਜਾਬ ਦੇ ਜਿਹੜੇ ਨੌਜਵਾਨ ਪੀੜ੍ਹੀ ਆ ਉਹਨਾਂ ਵਾਸਤੇ ਚੰਗਾ, ਕਿਵੇਂ ਉਹਨੂੰ ਓਵਰਆਲ ਕਿਵੇਂ ਦੇਖਦੇ ਆ? ਬਾਈ, ਕੈਨੇਡਾ ਨੇ ਸਪੈਸ਼ਲੀ ਆਪਦੀ ਪਲੈਨਿੰਗ ਨੇ ਸਭ ਕੁਝ ਕੀਤਾ। ਉਹ 'ਚ ਵੱਡੀ ਚੀਜ਼ ਇਹ ਆ ਜਾਂਦੀ ਹੈ, ਦੇਖੋ ਪਹਿਲਾਂ ਬੱਚਾ 20 ਲੱਖ ਲਾ ਕੇ ਜਾਂਦਾ ਸੀ, ਇਹਨਾਂ ਨੇ ਆਲਮੋਸਟ GIC ਡਬਲ ਕਰਤੀ ਸੀ, ਹੁਣ 30-35 ਲੱਖ ਲੱਗਦਾ। ਠੀਕ ਹੈ, ਹੁਣ ਉਹਨਾਂ ਨੂੰ 2 ਬੱਚਿਆਂ ਦੀ ਆਮਦਨ 1 ਬੱਚੇ ਤੋਂ ਹੋ ਰਹੀ ਹੈ। ਉਹਨਾਂ ਨੇ ਪਹਿਲਾਂ ਆਪਦੀ ਆਮਦਨ ਸਿਕਿਓਰ ਕੀਤੀ ਹੈ, ਫਿਰ ਇਹ ਕੱਟ ਲਾਏ। ਠੀਕ ਹੈ ਨਾ, ਉਹਨਾਂ ਨੂੰ ਤਾਂ ਆਮਦਨ ਓਨੀ ਹੋ ਰਹੀ ਹੈ, ਜੇ 100 ਬੱਚਾ ਜਾ ਰਿਹਾ ਤਾਂ ਉਹਨਾਂ ਨੂੰ 200 ਬੱਚੇ ਦੀ ਆਮਦਨ ਹੋ ਰਹੀ ਹੈ।
ਤੋਂ ਕੱਟ ਵੀ ਲਾ ਦੇਣਗੇ ਉਹ 'ਚ, ਉਹਨਾਂ ਨੂੰ ਕੋਈ ਨੁਕਸਾਨ ਨਹੀਂ, ਕਿਉਂਕਿ ਐਟ ਦੀ ਐਂਡ ਉਹਨਾਂ ਨੂੰ ਤਾਂ ਜਿਵੇਂ ਕਹਿੰਦੇ ਹੁੰਦੇ ਇੱਕ ਬਿਜ਼ਨਸ ਦੀ ਤਰ੍ਹਾਂ ਉਹਨਾਂ ਨੂੰ ਆਪਦੇ ਪੈਸੇ ਮਿਲ ਗਏ, ਉਹਨਾਂ ਨੂੰ ਆਪਣੇ ਸਟੂਡੈਂਟਸ ਨਾਲ ਆਪਣੇ ਬੱਚਿਆਂ ਨਾਲ ਕੋਈ ਤਾਲੁਕਾਤ ਨਹੀਂ, ਪਰ ਵੀ ਉਹ ਜੇ ਭੁੱਖੇ ਦੇਖਿਆ ਰਹਿਣ। ਜਾਵੇ ਜਿਹੜੇ ਯੂਥ ਹੈ ਜਿਨ੍ਹਾਂ ਦੀ ਆਸਾਂ ਸੀਗੀਆਂ ਜਾਂ ਜਿਨ੍ਹਾਂ ਦੀ ਪਲੈਨਿੰਗ ਸੀਗੀ ਵੀ ਅਸੀਂ ਕੈਨੇਡਾ ਜਾਣਾ, ਉੱਥੇ ਸੈੱਟ ਹੋਣਾ, ਉੱਥੇ ਸਟੱਡੀ ਕਰਨੀ ਹੈ, ਬਹੁਤ ਸਾਰੇ ਪਲਾਨ ਬਣਾਏ ਸੀਗੇ, ਹੈ ਨਾ, ਉਹਨਾਂ 'ਤੇ ਕਿਤੇ ਨਾ ਕਿਤੇ ਉਹਨਾਂ ਨੂੰ ਮੋਰਲ ਕਹਿ ਲਓ ਵੀ ਮੋਰਲ ਠੇਸ ਪਹੁੰਚੀ ਹੈ ਇਸ ਗੱਲ ਨੂੰ ਲੈ ਕੇ, ਜਾਂ ਕਈਆਂ ਦੇ ਜਿਹੜੇ ਸਪਾਊਸ ਪਹਿਲਾਂ ਹੀ ਕੈਨੇਡਾ 'ਚ ਰਹਿ ਰਹੇ ਸੀ ਉਹਨਾਂ ਨੂੰ ਹੁਣ ਬੁਲਾਉਣ 'ਚ ਵੀ ਉਹਨਾਂ ਨੂੰ ਦਿੱਕਤ ਆਈ ਹੈ, ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਵੀ ਬਹੁਤ ਸਾਰੇ ਚੇਂਜਸ ਕੀਤੇ ਆ ਇਹਨਾਂ ਨੇ ਇਮੀਗ੍ਰੇਸ਼ਨ ਲਾਅ ਦੇ ਵਿੱਚ ਵੀ, ਫਿਰ ਉਹਨਾਂ ਦੇ ਪੁਆਇੰਟ ਆਫ ਵਿਊ ਤੋਂ, ਯੂਥ ਦੇ ਪੁਆਇੰਟ ਆਫ ਵਿਊ ਤੋਂ ਤੁਸੀਂ ਕੀ ਸੋਚਦੇ ਆ? ਯੂਥ ਤਾਂ ਬਾਈ ਡੀਮੋਰਲਾਈਜ਼ ਹੋਇਆ, ਕਿਉਂਕਿ ਜਿਹੜੇ ਬੰਦੇ ਨੇ ਬਾਹਰ ਜਾਣ ਦਾ ਸੁਪਨਾ ਦੇਖਿਆ ਉਹਨੂੰ ਲੱਗਦਾ ਕਿ ਯਾਰ ਮੈਂ ਇੱਥੇ ਰਹਿ ਗਿਆ, ਮੈਂ ਨਹੀਂ ਪਹੁੰਚ ਸਕਿਆ, ਮੇਰੇ ਦੋਸਤ, ਮੇਰੇ ਕਜ਼ਨ, ਮੇਰੇ ਮਾਮੇ, ਚਾਚੇ, ਤਾਏ, ਮੇਰੇ ਫਰੈਂਡਸ ਹਨ ਉਹ ਕੈਨੇਡਾ ਪਹੁੰਚ ਗਏ, ਮੈਂ ਨਹੀਂ ਪਹੁੰਚ ਪਾਇਆ। ਪਰ ਜਿਵੇਂ ਤੁਸੀਂ ਸਪਾਊਸ ਦੀ ਗੱਲ ਕਰ ਰਹੇ ਹੋ, ਉਹਦੇ 'ਚ ਇਹ ਹੈਗਾ ਕਿ ਮੈਂ ਤੁਹਾਨੂੰ ਇੱਕ ਲੇਟਲੀ ਐਗਜ਼ਾਮਪਲ ਦਿੰਦਾ, ਮੈਨੂੰ ਜੇ ਤੁਹਾਨੂੰ ਪਤਾ ਜਿਵੇਂ ਹਫਤੇ ਦੇ 10-15 ਫੋਨ ਆਉਂਦੇ ਹੀ ਆਉਂਦੇ ਆ, ਹੈ ਨਾ, ਭੈਣਾਂ ਦੇ ਵੀ ਆਉਂਦੇ ਆ, ਆਪਣੇ ਭਰਾਵਾਂ ਦੇ ਵੀ ਆਉਂਦੇ ਆ। ਸੋ ਭੈਣ ਨਾਲ ਮੇਰੀ ਥੋੜੇ ਦਿਨ ਪਹਿਲਾਂ ਹੀ ਗੱਲ ਹੋ ਰਹੀ ਸੀਗੀ, ਉਹ ਕਹਿੰਦੇ ਸੀ ਵੀ ਸਪਾਊਸ ਵੀਜ਼ਾ ਦਾ ਇੰਨਾ ਅਸਰ ਆ ਵੀ ਉਹਨਾਂ ਨੇ ਆਪਦੇ ਸਪਾਊਸ ਦਾ ਅਪਲਾਈ ਕੀਤਾ ਸੀਗਾ ਜੀ, ਤੇ ਉਹਨਾਂ ਨੂੰ ਰਿਫਿਊਜ਼ਲ ਆ ਗਈ ਸੀ। ਹੁਣ ਉਹਨਾਂ ਨੇ ਇੱਕ ਵਾਰੀ ਫਿਰ ਦੁਬਾਰਾ ਅਪਲਾਈ ਕੀਤਾ, 99% ਉਹ ਕਹਿੰਦੇ ਚਾਂਸਿਸ ਰਿਫਿਊਜ਼ਲ ਦੀ ਹੈ, ਤੇ ਜਿੰਨੇ ਉਹਨਾਂ ਦੇ ਨੋਨ ਹੈ ਕੁੜੀਆਂ ਜਿਹਨਾਂ ਨੇ ਆਪਦੇ ਸਪਾਊਸ ਨੂੰ ਸਪੋਂਸਰ ਕੀਤਾ, ਸਾਰਿਆਂ ਦੇ ਰਿਫਿਊਜ਼ਲ ਆ ਰਹੇ ਆ ਜੀ। ਤੇ ਰਿਫਿਊਜ਼ਲ ਆਉਣ ਨਾਲ ਫਿਰ ਇਹ ਹੈ ਵੀ ਹੁਣ ਭੈਣ ਕਹਿੰਦੇ ਜੇ ਦੂਜੇ ਵਾਰੀ ਰਿਫਿਊਜ਼ਲ ਆ ਜਾਂਦਾ ਤਾਂ ਮੇਰਾ ਇਹੀ ਹੋਊਗਾ ਕਿ ਮੈਂ ਵਾਪਸ ਇੰਡੀਆ ਜਾਵਾਂ, ਆਪਦੇ ਹਸਬੈਂਡ ਕੋਲ, ਆਪਦੇ ਬੱਚੇ ਨੂੰ ਉੱਥੇ ਛੱਡ ਕੇ ਆਈ ਹਾਂ, ਆਪਦੇ ਹਸਬੈਂਡ ਨੂੰ ਛੱਡ ਕੇ ਆਈ ਹਾਂ। ਰਾਈਟ, ਸੋ ਸਭ ਸੋ ਇਹ ਸਪਾਊਸ ਤੇ ਬਹੁਤ ਜ਼ਿਆਦਾ ਇਫੈਕਟ ਪਿਆ, ਕਿਉਂਕਿ ਇੱਕ ਬੱਚਾ ਇਕੱਲਾ ਹੋਣਾ ਜੀ, ਇੱਕ ਬੱਚਾ ਇੱਕ ਵਿਆਹ ਕਰਾ ਕੇ ਜਾਣਾ, ਉਹਦੇ ਤੇ ਦੂਜੇ ਬੰਦੇ ਦੀ ਵੀ ਜ਼ਿੰਮੇਵਾਰੀ, ਘਰ ਦੀ ਜ਼ਿੰਮੇਵਾਰੀ, ਬਹੁਤ ਸਾਰੀਆਂ ਚੀਜ਼ਾਂ ਨਾਲ ਆਉਂਦੀਆਂ। ਜਿਵੇਂ ਕੈਨੇਡਾ ਆਉਣ ਵਾਲੇ ਦਿਨਾਂ ਦੇ ਵਿੱਚ, ਹੈ ਨਾ, ਜਿਵੇਂ ਆਪਦੇ ਇਮੀਗ੍ਰੇਸ਼ਨ ਦੇ ਵਿੱਚ ਇਹਨਾਂ ਨੇ ਚੇਂਜਸ ਕਰਤੀਆਂ ਜਾਂ ਹੋਰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਨੀਤੀਆਂ ਲੈ ਕੇ ਆ ਰਹੀ ਹੈ ਕੈਨੇਡਾ ਗੌਰਮੈਂਟ, ਇਹਨੂੰ ਬਹੁਤ ਸਾਰੇ ਲੋਕ ਇਹ ਸਮਝਦੇ ਆ ਵੀ ਚੋਣ ਸਟੰਟ ਹੈ ਇਹ, ਵੀ ਚੋਣਾਂ ਆਉਣ ਜਿਹੜੇ ਕਮਿੰਗ ਡੇਜ਼ ਦੇ ਵਿੱਚ ਚੋਣਾਂ ਡਿਊ ਹੈ ਕੈਨੇਡਾ ਗੌਰਮੈਂਟ ਵਾਸਤੇ, ਉਹ ਸਾਰਾ ਕੁਛ ਉਸੇ ਚੀਜ਼ ਨੂੰ ਲੈ ਕੇ ਹੋ ਰਿਹਾ ਹੈਗਾ ਬਈ। ਵੱਡੀ ਚੀਜ਼ ਇਹ ਹੈ, ਮੈਂ ਜਿਵੇਂ ਹਮੇਸ਼ਾ ਕਹਿੰਦਾ ਹੁੰਦਾ, ਕੈਨੇਡਾ ਇੰਡੀਆ ਜਾਂ ਕੈਨੇਡਾ ਕੋਈ ਵੀ ਵਰਲਡ ਦੀ ਹੋਰ ਕੰਟਰੀ ਹੈ, ਸਿੱਕੇ ਦੇ ਇੱਕ ਪਾਸੇ ਦੂਜਾ ਪਹਿਲੂ ਹੈ। ਸਾਰੀਆਂ ਗੌਰਮੈਂਟਸ ਨੂੰ ਇਹ ਹੁੰਦਾ ਕਿ ਐਟ ਦੀ ਐਂਡ ਸਾਡੀ ਸਰਕਾਰ ਬਣਨੀ ਚਾਹੀਦੀ ਹੈ, ਸਾਡਾ ਇਲੈਕਸ਼ਨ ਨੇੜੇ ਆ ਰਹੇ ਹੈ। ਜਿਵੇਂ ਕੰਜ਼ਰਵੇਟਿਵ ਕਹਿ ਰਹੇ ਵੀ ਅਸੀਂ ਆ ਗਏ ਤਾਂ ਅਸੀਂ ਸਟੂਡੈਂਟ ਵੀਜ਼ਾ ਬੰਦ ਕਰ ਦੇਣੇ, ਲਿਬਰਲ ਨੇ ਇਹੀ ਚੀਜ਼ਾਂ ਚਲਾਈਆਂ, ਲਿਬਰਲ ਨੇ ਇਹ ਰਿਫਿਊਜੀ ਕੰਮ ਸਟਾਰਟ ਕੀਤਾ। ਤੇ ਹੁਣ ਇੱਕ ਦੂਜੀ ਚੀਜ਼ ਇਹ ਹੈ ਵੀ ਉਸ ਚੋਣਾਂ ਤੋਂ ਆ ਕੇ ਪਹਿਲਾਂ ਸਟੰਟ ਖੇਡ ਰਹੇ ਤਾਂ ਜੋ ਉੱਥੋਂ ਦੇ ਲੋਕਾਂ ਨੂੰ ਥੋੜਾ ਜਿਹਾ ਇਹ ਲੱਗੇ ਕਿ ਯਾਰ ਹਾਂ ਗੌਰਮੈਂਟ ਸਾਡੇ ਵਾਸਤੇ ਸੋਚ ਰਹੀ ਹੈ, ਜਿਹੜੇ ਬੰਦੇ ਪਹਿਲਾਂ ਦੇ ਰਹਿ ਰਹੇ। ਦੂਜੀ ਚੀਜ਼ ਐਟ ਦੀ ਐਂਡ ਉਹਨਾਂ ਦਾ ਗੋਲ, ਮੇਨ ਗੋਲ ਸੱਤਾ ਪਾਉਣਾ ਹੀ ਹੈ, ਹੋਰ ਉਹਨਾਂ ਨੂੰ ਆਪਣੇ ਨਾਲ ਜਾਂ ਸਟੂਡੈਂਟਸ ਨਾਲ ਕਿਸੇ ਨਾਲ ਕੁਛ ਨਹੀਂ ਹੈਗਾ, ਉਹਨਾਂ ਨੂੰ ਤਾਂ ਸਿਰਫ ਰੂਲ ਕਰਨਾ, ਸਭ ਤੋਂ ਵੱਡੀ ਚੀਜ਼ ਇਹੀ ਐਟ ਦੀ। ਜਿਵੇਂ ਉੱਥੋਂ ਦੇ ਜਿਹੜੇ ਲੋਕ ਰਹਿ ਰਹੇ ਆ ਜਾਂ ਪੰਜਾਬੀ ਆ ਜਾਂ ਉੱਧਰਲੇ ਗੋਰੇ ਆ ਜਾਂ ਜਿਹੜੇ ਵੀ ਹੈਗੇ ਆ, ਉਹ ਕਿਤੇ ਨਾ ਕਿਤੇ ਇਤਰਾਜ਼ ਕਰਦੇ ਸੀਗੇ ਕਰਾਊਡ ਨੂੰ ਲੈ ਕੇ ਵੀ ਬਹੁਤ ਸਾਰੀਆਂ ਜਿਹੜੀਆਂ ਪ੍ਰੋਵਿੰਸ ਦੇ ਵਿੱਚ ਇਹ ਰੌਲਾ ਪੈਂਦਾ ਸੀਗਾ ਕਿ ਗੌਰਮੈਂਟ ਆ ਜਿਹੜੇ ਬਿਨਾਂ ਸੋਚੇ ਸਮਝੇ ਸਟੂਡੈਂਟ ਆ ਜਾਂ ਜਿੰਨੇ ਵੀ ਕਿਸੇ ਵੀ ਤਰ੍ਹਾਂ ਦੇ ਇਮੀਗ੍ਰੈਂਟ ਆ ਉਹਨਾਂ ਨੂੰ ਇਕੱਠੇ ਕਰ ਰਹੀ ਆ, ਕੈਨੇਡਾ 'ਚ ਭੀੜ ਹੋ ਰਹੀ ਆ, ਵਰਕ ਲੌਸ ਹੋ ਰਿਹਾ ਗਾ, ਠੀਕ ਹੈ, ਲੋਕਾਂ ਦੇ ਘਰਾਂ 'ਚ ਲੋਕਾਂ ਨੂੰ ਘਰ ਨਹੀਂ ਮਿਲ ਰਹੇ ਰੈਂਟ 'ਤੇ, ਠੀਕ ਹੈ, ਜਿਹੜੇ ਉਹਦੇ ਨਾਲ ਮਹਿੰਗਾਈ ਦੀ ਦਰ ਵੀ ਵਧੀ ਆ, ਸਾਰਾ ਕੁਛ ਮਹਿੰਗਾ ਹੋ ਗਿਆ, ਵੀ ਕੀ ਜਿਹੜਾ ਹੈਗਾ ਲੋਕਾਂ ਨੂੰ ਜੇ ਆਪਾਂ ਕਹਿ ਲਈਏ ਦੂਜੇ ਪਾਸੇ ਵੀ ਸੌਖੇ ਕਰਨ ਵਾਸਤੇ
ਵੀ ਜਿਹੜੀ ਗਵਰਨਮੈਂਟ ਨੇ ਇਹ ਸਟੰਟ ਕੀਤਾ ਜਾਂ ਇਹ ਕਦਮ ਚੁੱਕਿਆ ਵੀ ਇਮੀਗ੍ਰੇਸ਼ਨ ਦੇ ਵਿੱਚ ਚੇਂਜ ਕਰ ਦਿਓ ਜਾਂ ਕੈਪ ਲਾ ਦਿਓ ਜਾਂ ਕੁਝ ਹੋਰ ਨੀਤੀਆਂ ਲਿਆਓ। ਸਭ ਤੋਂ ਵੱਡੀ ਚੀਜ਼ ਤਾਂ ਬਾਈ ਇਹੀ ਹੈ ਵੀ ਇਹ ਇੱਕ ਸਿਰਫ ਚੋਣ ਸਟੰਟ ਆ, ਹੋਰ ਕੁਛ ਨਹੀਂ ਹੈਗਾ। ਈਵਨ ਇਸ ਕਾਰਨ ਨਾਲ ਜਿਵੇਂ ਕਹਿੰਦੇ ਹੁੰਦੇ ਲੋਕਾਂ ਦੀ ਜਿਹੜੇ ਉੱਥੇ ਰਹਿ ਰਹੇ ਪੱਕੇ ਵਸਨੀਕ ਹੈ, PR ਹੈ ਜਾਂ ਤੁਸੀਂ ਲਾ ਲਓ ਵੀ ਸਿਟੀਜ਼ਨਸ਼ਿਪ ਵਾਲੇ ਸਿਟੀਜ਼ਨ ਹੈ ਜਿਹੜੇ ਕੈਨੇਡਾ ਦੇ, ਉਹਨਾਂ ਨੂੰ ਇਸ ਚੀਜ਼ ਨਾਲ ਕੋਈ ਜ਼ਿਆਦਾ ਵੱਡਾ ਫਰਕ ਨਹੀਂ ਪੈਣਾ। ਉਹਦਾ ਕਾਰਨ ਇਹ ਹੈ ਕਿ ਹੁਣ ਇੱਕ ਤਰ੍ਹਾਂ ਦੇ ਜਿਵੇਂ ਕਹਿੰਦੇ ਹੁੰਦੇ ਵੀ ਇੱਕ ਚੀਜ਼ ਜਾਂ ਲੋਕ ਪਹੁੰਚ ਚੁੱਕੇ ਆ, ਠੀਕ ਆ, ਹੁਣ ਉਹਨਾਂ ਨੂੰ ਵਾਪਸ ਤਾਂ ਉਹ ਘੱਲ ਨਹੀਂ ਸਕਦੇ ਹੈਗੇ। ਨਵੇਂ ਆਉਣ ਵਾਸਤੇ ਉਹਨਾਂ ਨੇ ਪੈਸੇ ਬਣਾਉਣ ਵਾਸਤੇ ਆ GIC ਵਾਲਾ ਡਬਲ ਗੇਮ ਖੇਡ ਲਈ। ਦੂਜੀ ਚੀਜ਼ ਇਹ ਹਰ ਚੀਜ਼ ਮਹਿੰਗੀ ਕਰ ਰਹੀ ਹੈ ਗੌਰਮੈਂਟ, ਮਹਿੰਗੀ ਇਸ ਲਈ ਹੋ ਰਹੀ ਹੈ ਤਾਂ ਜੋ ਮਤਲਬ ਉਹਨਾਂ ਨੂੰ ਇਹ ਹੈ ਵੀ ਵੱਡੇ ਲੋਕਾਂ ਨੂੰ ਕਿਵੇਂ ਫਾਇਦਾ ਪਹੁੰਚਾਇਆ ਜਾਵੇ, ਠੀਕ ਆ। ਉਹਦੇ ਲਈ ਕੀ ਕਰ ਰਹੇ ਉਹ ਚੀਜ਼ਾਂ ਮਹਿੰਗੀਆਂ ਕਰ ਰਹੇ ਆ, ਚੀਜ਼ਾਂ ਨੂੰ ਅਫੋਰਡ ਕਰਨ ਵਾਸਤੇ ਲੋਕਾਂ ਨੂੰ, ਜਿਵੇਂ ਕਹਿੰਦੇ ਇੱਕ ਜੋਬ ਦੀ ਥਾਂ ਦੋ ਜੋਬਾਂ ਜਾਂ ਇੱਕ ਫੁੱਲ ਟਾਈਮ ਜਾਂ ਇੱਕ ਪਾਰਟ ਟਾਈਮ। ਸੋ ਬੇਸਿਕਲੀ ਉਹ ਐਟ ਦੀ ਐਂਡ ਜਿਹੜੇ ਵੱਡੇ ਘਰਾਣੇ ਆ ਜਾਂ ਵੱਡੇ ਲੋਕ ਆ ਉਹਨਾਂ ਨੂੰ ਹੈਲਪ ਕਰਨ ਵਾਸਤੇ ਇਹ ਸਭ ਕੁਝ ਕਰ ਰਹੇ, ਨਾ ਕਿ ਆਮ ਪਬਲਿਕ ਦੀ ਹੈਲਪ ਕਰਦੇ ਕਿਸੇ ਤਰ੍ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੀ ਸਮਝਦੇ ਆ ਵੀ ਕੈਨੇਡਾ ਗਵਰਨਮੈਂਟ ਜਿਹੜੇ ਆਪਣੇ ਪੰਜਾਬ ਦੇ ਲੋਕ ਆ ਜਾਂ ਇੰਡੀਆ ਦੇ ਲੋਕ ਉੱਥੇ ਰਹਿ ਰਹੇ ਆ ਜਾਂ ਸਟੂਡੈਂਟ ਆ ਜਾਂ ਜਿਹੜੇ ਵਰਕ ਪਰਮਿਟ ਤੇ ਗਏ ਆ, ਉਹਨਾਂ ਵਾਸਤੇ ਆਉਣ ਵਾਲੇ ਦਿਨ ਕਿਵੇਂ ਹੋ ਸਕਦੇ ਆ? ਬਈ ਇੱਕ ਸਟੱਡੀ ਹੁਣੇ ਥੋੜੇ ਦਿਨ ਪਹਿਲਾਂ ਆਈ ਹੈ ਵੀ ਆਉਣ ਵਾਲੇ 5 ਸਾਲਾਂ 'ਚ ਕੈਨੇਡਾ 'ਚ ਭੁੱਖਮਰੀ ਦੇ ਹਾਲਾਤ ਹੋਣਗੇ। ਇਹ ਥੋੜੇ ਦਿਨ ਪਹਿਲਾਂ ਹੀ ਆਪਣੇ ਕੈਨੇਡਾ ਦੀ ਹੀ ਰਿਪੋਰਟ ਆਏ ਕਿ ਆਉਣ ਵਾਲੇ 5 ਸਾਲਾਂ 'ਚ ਲੁੱਟਾਂ ਹੋਵਾਂ, ਜਿਵੇਂ ਕਹਿੰਦੇ ਨਸ਼ਹਿਰੇ ਆਮ, ਜੇ ਕੰਟਰੋਲ ਸਰਕਾਰ ਨੇ ਨਾ ਕੀਤਾ ਤਾਂ ਇਸ ਹਾਲਾਤ ਤੱਕ ਪਹੁੰਚ ਜਾਣੇ। ਈਵਨ ਅੱਜ ਦੇ ਟਾਈਮ ਵੀ ਜਿੰਨੇ ਰੀਟੇਲ ਸਟੋਰ ਆ, ਬਹੁਤ ਸਾਰੇ ਵੱਡੀਆਂ ਚੇਨਾਂ, ਈਵਨ ਡੋਲਰ ਟ੍ਰੀ ਤੇ ਹੋਰ ਕਈ ਚੇਨਸ ਹੈਗੀਆਂ ਜਿਹੜੀਆਂ ਆਲਰੇਡੀ ਬੰਦ ਹੋ ਚੁੱਕੀਆਂ, ਉਹ ਇਸੇ ਕਰਕੇ ਵੀ ਮਹਿੰਗਾਈ ਜ਼ਿਆਦਾ ਹੋ ਗਈ ਤੇ ਲੋਕ ਅਫੋਰਡ ਨਹੀਂ ਕਰ ਸਕਦੇ ਚੀਜ਼ਾਂ, ਉਹ ਸਟੋਰ ਬੰਦ ਹੋ ਰਹੇ ਆ, ਬਹੁਤ ਸਾਰੀਆਂ ਚੀਜ਼ਾਂ ਤੇ ਇਸ ਚੀਜ਼ ਨਾਲ ਫਰਕ ਪੈ ਰਿਹਾ। ਜੇ ਆਪਾਂ ਗੱਲ ਕਰੀਏ ਵੀ ਪੰਜਾਬ ਦੇ ਜਿਹੜਾ ਯੂਥ ਹੈ ਪਲੱਸ ਟੂ ਕਰਕੇ ਕਿਤੇ ਨਾ ਕਿਤੇ ਹੁਣ ਥੋੜ੍ਹਾ ਜਿਹਾ ਠਹਿਰਾ ਆਇਆ, ਕਿਉਂਕਿ ਉਹਨਾਂ ਨੂੰ ਲੱਗਦਾ ਨਹੀਂ ਗਾ ਵੀ ਹੁਣ ਸਾਡਾ ਫਿਊਚਰ ਹੈ ਜ਼ਿਆਦਾ ਕੈਨੇਡਾ ਦੇ ਵਿੱਚ ਬੈਟਰ ਹੈ, ਕਿਉਂਕਿ ਸਟੱਡੀ ਕੈਪ ਲੱਗ ਚੁੱਕਾ। ਉਹਨੂੰ ਜ਼ਿਆਦਾ ਸੋਚਦੇ ਨਹੀਂ ਇਸ ਗੱਲ ਨੂੰ ਵੀ ਅਸੀਂ ਉੱਥੇ ਜਾਵਾਂਗੇ ਜਾਂ ਆਪਦੇ ਸਪਾਊਸ ਨੂੰ ਬੁਲਾਵਾਂਗੇ ਜਾਂ ਛੇਤੀ PR ਕਿਵੇਂ ਹੋਵਾਂਗੇ। ਅਤੇ ਜੇ ਕੈਨੇਡਾ ਛੱਡ ਕੇ ਆਪਾਂ ਕੀ ਯੂਥ ਦਾ ਝੁਕਾਅ ਹੋਰ ਕੰਟਰੀਆਂ ਵੱਲ ਹੋਊਗਾ ਜਾਂ ਪੰਜਾਬ ਦੇ ਵਿੱਚ ਰਹਿ ਕੇ ਹੀ ਉਹ ਅੱਗੇ ਸਟੱਡੀ ਕਰਨ ਲਈ ਉਹ ਮੋਟੀਵੇਟ ਹੋਣਗੇ? ਬਾਈ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਗੱਲ ਦੱਸਦਾ, ਹੁਣ ਲੇਟਲੀ ਕੈਨੇਡਾ ਦੀ ਹੋਰ ਸਟੱਡੀ ਆਈ ਹੈ, ਕੈਨੇਡਾ ਦੀਆਂ ਰਿਫਿਊਜੀ ਫਾਈਲਾਂ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ, ਲੋਕ ਅਸਾਇਲਮ ਲੈ ਰਹੇ ਆ। ਅਸਾਇਲਮ ਦਾ ਮਤਲਬ ਕਿ ਮੈਨੂੰ ਇੰਡੀਆ ਜਾਂ ਜਿਹੜੇ ਕੰਟਰੀ ਚੋਂ ਆ ਰਹੇ ਆ ਵੀ ਮੈਨੂੰ ਉੱਥੇ ਖਤਰਾ। ਉਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਗੌਰਮੈਂਟ ਨੇ PR ਵੀ ਹਾਰਡ ਕਰਤੀ ਹੈ ਬੱਚਿਆਂ ਦੀ, ਛੇਤੀ ਕਿਤੇ ਹੁਣ ਜਿਹੜੇ ਸਟੂਡੈਂਟਸ ਗਏ ਪੁਰਾਣੇ ਗਏ ਹੋਏ ਉਹਨਾਂ ਨੂੰ PR ਨਹੀਂ ਦੇ ਰਹੇ। ਸੋ ਉਹ ਸਾਰੇ ਜਿਵੇਂ ਕਹਿੰਦੇ ਹੁੰਦੇ ਸਟੂਡੈਂਟ ਵਾਸਤੇ ਤਾਂ ਹਾਰਡ ਹੀ ਹਾਰਡ ਹੈ। ਦੂਜੀ ਗੱਲ ਇਹ ਹੈ ਵੀ ਜਿਵੇਂ ਹੁਣ ਪਿਛਲੇ 2 ਸਾਲਾਂ ਤੋਂ ਜਾਂ 1.5 ਸਾਲ ਤੋਂ ਮੈਂ ਲੱਗਿਆ ਹੋਇਆ, ਤੁਸੀਂ ਸਾਲ ਕਿਤੇ ਆਪਾਂ ਇੱਕ ਦੂਜੇ ਨਾਲ ਜੁੜੇ ਹਾਂ, ਤੁਸੀਂ ਲੱਗੇ ਹੋਏ ਹੋ ਜੀ, ਆਪਾਂ ਬਹੁਤ ਸਮਝਾਉਂਦੇ, ਬਹੁਤ ਇੰਟਰਵਿਊਜ਼ ਕਰਦੇ, ਤੁਸੀਂ ਵੀ ਕਰਦੇ, ਮੈਂ ਵੀ ਕਰਦਾ, ਆਪਾਂ ਜੀ ਜਾਨ ਨਾਲ ਇਸ ਕੰਮ ਤੇ ਲੱਗੇ ਹੋਏ। ਪਰ ਉਹਦੇ ਵਿੱਚ ਜਿਵੇਂ ਕਹਿੰਦੇ ਹੁੰਦੇ ਜਿਹੜੇ ਬੰਦੇ ਨੇ ਸਮਝਣਾ, 100 ਚੋਂ 1-2% ਲੋਕ ਹੈ ਜਿਹੜੇ ਇਸ ਚੀਜ਼ ਨੂੰ ਸਮਝ ਰਹੇ, ਬਾਕੀ ਬੱਚੇ ਉੱਥੇ ਪਹੁੰਚ ਕੇ ਇਸ ਗੱਲ ਨੂੰ ਰੀਅਲਾਈਜ਼ ਕਰਦੇ ਆ ਕਿ ਹਾਂ ਜੋ ਤੁਸੀਂ ਕਹਿ ਰਹੇ ਸੀ ਉਹ ਸਹੀ ਹੈ, ਤੇ ਅਸੀਂ ਨਹੀਂ ਸੁਣੀ ਜਾਂ ਅਸੀਂ ਇਹਨਾਂ ਗੱਲਾਂ ਤੇ ਨਹੀਂ ਯਕੀਨ ਕੀਤਾ, ਪਰ ਹੁਣ ਸਾਨੂੰ ਉਹਨਾਂ ਦੇ ਨਤੀਜੇ ਭੁਗਤਣੇ ਪੈ ਰਹੇ।
ਈਵਨ ਆਸਟ੍ਰੇਲੀਆ ਤੋਂ ਵੀ ਮੈਨੂੰ ਥੋੜ੍ਹੇ ਦਿਨ ਪਹਿਲਾਂ ਫੋਨ ਆਇਆ, ਬਾਈ ਤਰਨ ਤਾਰਨ ਸਾਈਡ ਦੇ ਸੀ, ਉਹ ਵੀ ਇਹੀ ਗੱਲ ਕਰ ਰਹੇ ਸੀ, ਕਹਿੰਦੇ ਵੀ ਇੱਥੇ ਵੀ ਜਿਹੜਾ ਲਿਵਿੰਗ ਕਾਸਟ ਆ ਬਹੁਤ ਐਕਸਪੈਂਸਿਵ ਹੋ ਰਹੀ, ਖੂਹ ਦੀ ਮਿੱਟੀ ਖੂਹ ਨੂੰ ਲੱਗ ਰਹੀ ਹੈ। ਰਾਈਟ ਨਿਊਜ਼ੀਲੈਂਡ ਤੋਂ ਮੈਨੂੰ ਫੋਨ ਆਇਆ, ਸਾਰੀਆਂ ਕੰਟਰੀਆਂ ਤੋਂ ਮੈਨੂੰ ਲੱਗਦਾ ਵਰਲਡ 'ਚ ਕੋਈ ਏਦਾਂ ਦੀ ਕੋਈ ਨਿੱਕੀ ਤੋਂ ਨਿੱਕੀ, ਛੋਟੀ ਤੋਂ ਛੋਟ, ਵੱਡੀ ਤੋਂ ਵੱਡੀ ਕੰਟਰੀ ਕੋਈ ਰਹੀ ਨਹੀਂ ਹੋਣੀ ਜਿੱਥੋਂ ਮੈਨੂੰ ਫੋਨ ਨਹੀਂ ਆਇਆ। ਤੇ ਸਾਰੀਆਂ ਕੰਟਰੀਆਂ 'ਚ ਅੱਜ ਦੇ ਟਾਈਮ ਏਦਾਂ ਦੇ ਹਾਲਾਤ ਆ ਕਿ ਵੇ ਆਫ ਕਾਸਟ ਆਪਣੀ ਜਿਹੜੀ ਹੈਗੀ ਹੈ ਲਿਵਿੰਗ ਕਾਸਟ ਆ ਉਹ ਬਹੁਤ ਜ਼ਿਆਦਾ ਵੱਧ ਚੁੱਕੀ, ਵੱਧ ਚੁੱਕੀ ਜੋ ਹੈ ਤੁਸੀਂ ਬਿਲਕੁਲ। ਅਰਨ ਕਰ ਰਹੇ ਹੋ ਉਹੀ ਤੁਹਾਡੇ ਖਰਚੇ ਹੋ ਰਹੇ। ਸੋ ਰਾਈਟ ਹੁਣ ਇੰਡੀਆ ਗਰੋ ਕਰ ਰਿਹਾ, ਵੱਡੀ ਚੀਜ਼ ਇਹ ਆ। ਤੇ ਸਪੈਸ਼ਲੀ ਮੇਰਾ ਸਟੂਡੈਂਟਸ ਨੂੰ ਤਾਂ ਇਹੀ ਕਹਿਣਾ ਕਿ ਜੇ ਤੁਹਾਡਾ ਸਰਦਾ, ਜੇ ਤੁਸੀਂ ਆਪਣੇ 5-10 ਕਿੱਲੇ ਤੁਹਾਡੇ ਕੋਲ ਹੈਗੀ ਆ, ਜਾਂ ਤੁਹਾਡੀ ਕੋਈ ਦੁਕਾਨ ਹੈ, ਜਾਂ ਤੁਹਾਡੇ ਕੋਈ ਅਰਨਿੰਗ ਹੈਗੀ ਹੈ, ਜਾਂ ਤੁਸੀਂ ਥੋੜ੍ਹਾ ਜਿਹਾ ਵੀ ਜ਼ੋਰ ਮਾਰ ਸਕਦੇ, ਬਿਲਕੁਲ ਬਿਲਕੁਲ ਤਾਂ ਬਿਲਕੁਲ ਤੁਹਾਡੇ ਲਈ ਪੰਜਾਬ ਸਭ ਤੋਂ ਬੈਸਟ ਆਪਸ਼ਨ ਹੈ। ਬਿਲਕੁਲ 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 ਇੱਕ ਇਹਦੇ ਵਿੱਚ ਛੋਟੀ ਜਿਹੀ ਹੋਰ ਚੀਜ਼ ਐਡ ਕਰਨੀ ਚਾਹੂੰਗਾ ਬਾਈ ਮੈਂ, ਵੀ ਸਭ ਤੋਂ ਵੱਡੀ ਚੀਜ਼ ਇਹ ਹੈ, ਤੁਸੀਂ ਅੱਜ 1 ਕਿੱਲਾ ਜ਼ਮੀਨ ਵੇਚ ਕੇ ਜਾਂ ਤੁਸੀਂ ਕੁਛ ਵੇਚ ਕੇ ਜਾ ਰਹੇ ਹੋ, ਜੀ 30 ਲੱਖ ਦੀ ਜਾਂ 35 ਲੱਖ ਜਿੰਨੇ ਵੀ ਤੁਹਾਡੀ ਫੀਸ ਹੈ ਜਾਂ ਤੁਹਾਨੂੰ ਚਾਹੀਦੇ ਉੱਥੇ, ਮੈਂ ਇਹ ਅੱਜ ਗਰੰਟੀ ਕਰ ਸਕਦਾ ਕਿ ਤੁਸੀਂ ਆਪਦੀ ਲਾਈਫ ਟਾਈਮ 'ਚ ਕੈਨੇਡਾ 'ਚ ਭਲਾ ਸਾਰੀ ਉਮਰ ਕੰਮ ਕਰ ਲਓ, ਆਉਣ ਵਾਲੇ ਟਾਈਮ 'ਚ ਖਰੀਦ ਨਹੀਂ ਸਕਦੇ। ਉਹਦਾ ਕਾਰਨ ਕੀ ਹੈ, ਜ਼ਮੀਨ ਜਾਂ ਕੋਈ ਵੀ ਪ੍ਰੋਪਰਟੀ ਹੈ ਉਹ ਡੇ ਬਾਏ ਡੇ ਵੱਧ ਰਹੀ ਹੈ, ਠੀਕ ਹੈ। ਹੁਣ ਮੈਂ ਤੁਹਾਨੂੰ ਇਸ ਦੇ ਵਿੱਚ ਇੱਕ ਹੋਰ ਚੀਜ਼ ਐਡ ਕਰਦਾ, ਜਦੋਂ ਮੈਂ 2009 'ਚ ਗਿਆ ਉਦੋਂ 35 ਕੁ ਰੁਪਏ ਨੂੰ, ਮਤਲਬ 40 ਕੁ ਰੁਪਏ ਨੂੰ ਡਾਲਰ ਸੀਗਾ, ਉਦੋਂ ਜ਼ਮੀਨ ਦਾ ਰੇਟ ਸੀ 5 ਤੋਂ 2.5 ਤੋਂ 5 ਲੱਖ, 5-10 ਲੱਖ ਲਾ ਲਓ ਮੈਕਸੀਮਮ। 2010-11 'ਚ 50 ਦਾ ਰੇਟ ਹੋਇਆ, ਉਦੋਂ ਜ਼ਮੀਨ ਦਾ 10-11 ਲੱਖ ਰੁਪਇਆ ਸੀਗਾ, ਠੀਕ ਹੈ। ਤੇ 2009 ਤੋਂ ਲੈ ਕੇ 2024 ਤੱਕ ਅੱਜ ਦਾ ਰੇਟ 60-65 ਰੁਪਏ ਡਾਲਰ ਦਾ, ਤੇ ਜ਼ਮੀਨ ਦਾ ਰੇਟ 32 ਲੱਖ 35 ਲੱਖ ਹੋ ਚੁੱਕਿਆ ਬਈ, ਚੰਗੀ ਜ਼ਮੀਨ ਦਾ ਰੇਟ। ਮਾੜੀ ਤੋਂ ਮਾੜੀ ਬੰਜਰ ਜ਼ਮੀਨ ਜਿੱਥੇ ਕੁਛ ਨੀ ਹੁੰਦਾ ਉਹਦਾ ਰੇਟ ਅੱਜ 25-26 ਲੱਖ। ਹੁਣ ਤੁਸੀਂ ਇੱਥੇ ਕੰਪੇਅਰ ਕਰ ਲਓ ਕਿ ਇੰਡੀਆ 'ਚ ਡਿਵੈਲਪਮੈਂਟ ਹੋ ਰਹੀ ਹੈ ਕਿ ਕੈਨੇਡਾ 'ਚ ਡਿਵੈਲਪਮੈਂਟ ਹੋ ਰਹੀ ਹੈ। ਜੇ ਕੋਈ ਐਡੀ ਗੱਲਬਾਤ ਹੁੰਦੀ ਤਾਂ ਕੈਨੇਡੀਅਨ ਡਾਲਰ ਨੂੰ ਅੱਜ 60-62 ਨਹੀਂ, ਅੱਜ ਮੇਰੇ ਹਿਸਾਬ ਨਾਲ ਜਿਸ ਹਿਸਾਬ ਨਾਲ ਦੁਨੀਆ ਵੱਧ ਰਹੀ ਹੈ, ਗਰੋ ਕਰ ਰਹੀ ਹੈ, ਕੈਨੇਡੀਅਨ ਡਾਲਰ 100 ਕੁ ਰੁਪਏ ਨੂੰ ਹੋਣਾ ਚਾਹੀਦਾ ਸੀ ਇੰਡੀਆ, ਬਿਲਕੁਲ ਘੱਟੋ ਘੱਟ 80-85 ਰੁਪਏ ਹੁੰਦਾ ਤਾਂ ਫੇਰ ਕਿਤੇ ਗੱਲ ਤੁਸੀਂ ਸੋਚ ਸਕਦੇ ਸੀ, ਜੋ ਅੱਜ ਅਸੀਂ ਲੂਜ਼ ਕਰਕੇ ਚੱਲੇ ਹਾਂ, ਵੇਚ ਕੇ ਚੱਲੇ ਹਾਂ ਜਾਂ ਗਹਿਣੇ ਕਰਕੇ ਚੱਲੇ ਹਾਂ, ਜੋ ਪੈਸਾ ਲਾ ਕੇ ਚੱਲੇ ਹਾਂ, ਬਿਲਕੁਲ ਬਿਲਕੁਲ। ਉਹਨੂੰ ਜ਼ਮੀਨ ਨੂੰ ਛਡਾਉਣਾ ਜਾਂ ਜ਼ਮੀਨ ਨੂੰ ਲੈਣਾ ਤਾਂ ਤੁਹਾਡੇ ਲਈ ਇੱਕ ਸੁਪਨਾ ਬਣ ਜਾਣਾ, ਕਿਉਂਕਿ ਮਹਿੰਗਾਈ ਇੰਨੀ ਜ਼ਿਆਦਾ ਹੋ ਜਾਣੀ ਬਾਈ। ਜੀ 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 ਆਉਣ ਵਾਲੇ ਟਾਈਮ 'ਚ ਇੱਥੇ ਚੀਜ਼ਾਂ ਮਹਿੰਗੀਆਂ ਹੋਣੀਆਂ ਹੋ ਜਾਣੀਆਂ। ਦੂਜੀ ਚੀਜ਼ ਹੈ, ਸਾਲ 2 ਸਾਲਾਂ 'ਚ ਜਿਹੜੇ ਭੈਣ ਭਰਾ ਮੁੜੇ ਆਏ ਜਿਨ੍ਹਾਂ ਨੇ ਪ੍ਰੋਪਰਟੀ 'ਚ ਇਨਵੈਸਟ ਕਰ ਲਿਆ, ਉਹ ਸਾਰੀ ਉਮਰ ਆਪਦੇ ਇਸ ਡਿਸੀਜਨ ਨੂੰ ਜਿਵੇਂ ਕਹਿੰਦੇ ਹੁੰਦੇ ਵੀ ਇਹ ਸੋਚਣਗੇ ਸਾਡੀ ਲਾਈਫ ਦਾ ਬੈਸਟ ਡਿਸੀਜਨ ਹੈ, ਕਿਉਂਕਿ ਸਾਲ 2 ਸਾਲ 'ਚ ਤੁਸੀਂ ਜੇ ਇੱਥੇ ਆ ਕੇ ਪ੍ਰੋਪਰਟੀ 'ਚ ਇਨਵੈਸਟ ਕਰਦੇ ਹੋ ਪੈਸਾ ਜਾਂ ਮੂਵ ਹੁੰਦੇ ਹੋ, ਤੁਹਾਡੇ ਲਈ ਬੈਸਟ ਟਾਈਮ ਹੈ। ਅੱਜ ਤੋਂ 2 ਸਾਲ ਬਾਅਦ, ਸਾਲ ਡੇਢ ਬਾਅਦ ਤੁਸੀਂ ਜੇ ਸੋਚੋਗੇ ਨਾ, ਤਾਂ ਤੁਹਾਡੇ ਤੋਂ ਇੱਥੇ ਜਿਵੇਂ ਕਹਿੰਦੇ 1 ਕਿੱਲਾ ਜ਼ਮੀਨ ਵੀ ਲਈ ਜਾਣੀ, ਕਿਉਂਕਿ ਜ਼ਮੀਨਾਂ ਦੇ ਰੇਟ ਹੀ ਆਲਮੋਸਟ ਤੁਸੀਂ ਇਹ ਲਾ ਲਓ 50 ਲੱਖ 60 ਲੱਖ ਹੋ ਜਾਣੇ ਬਿਲਕੁਲ ਆਉਣ ਵਾਲੇ ਬਿਲਕੁਲ ਸਾਲ 2 ਸਾਲਾਂ 'ਚ। ਬਿਲਕੁਲ। ਹੁਣ ਜਿਵੇਂ ਗੌਰਮੈਂਟ ਕਿਸੇ ਪਰਪਜ਼ ਲਈ ਜ਼ਮੀਨ ਅਕੁਆਇਰ ਕਰਦੀ ਆ, ਹੈ ਨਾ, 70 ਲੱਖ 80 ਲੱਖ ਕਰੋੜ ਤੱਕ ਗੌਰਮੈਂਟ ਦੇ ਰਹੀ ਹੈ, ਤਾਂ ਉੱਥੋਂ ਵੀ ਅੰਦਾਜ਼ਾ ਲਾਇਆ ਜਾ ਸਕਦਾ ਵੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਪਰਟੀ ਆ ਉਹ ਕਿੰਨਾ ਬੂਮ ਕਰੂਗੀ। ਜਿਵੇਂ ਹੁਣ ਮੈਨੂੰ ਵੀ ਬਹੁਤ ਸਾਰੇ ਦੋਸਤਾਂ ਮਿੱਤਰਾਂ ਦੇ ਜਾਂ ਭੈਣਾਂ ਭਰਾਵਾਂ ਦੇ ਫੋਨ ਆਉਂਦੇ ਆ ਵੀ ਅਸੀਂ ਪੰਜਾਬ ਵਾਪਸ ਆਉਣਾ, ਅਸੀਂ ਪੰਜਾਬ ਕਿੱਥੇ ਇਨਵੈਸਟਮੈਂਟ ਕਰੀਏ, ਤਾਂ ਮੈਂ ਵੀ ਕਈ ਜਿਹੜਾ ਹੈਗਾ ਬੰਦਿਆਂ ਨੂੰ ਇਹੀ ਰਾਏ ਦਿੱਤੀ ਹੈ ਵੀ ਤੁਸੀਂ ਪ੍ਰੋਪਰਟੀ 'ਚ ਇਨਵੈਸਟ ਕਰੋ, ਐਗਰੀਕਲਚਰ ਜ਼ਮੀਨ ਵਾਲੇ ਪਾਸੇ ਜਾਓ, ਉਹਨੂੰ ਪਰਚੇਜ ਕਰੋ, ਉਹ ਤੁਹਾਨੂੰ ਕਦੇ ਵੀ ਜਿਹੜਾ ਹੈਗਾ ਲੋਸ ਨਹੀਂ ਦੇਊਗੀ।
ਬਈ ਵੱਡੀ ਚੀਜ਼ ਇਹ ਹੈ ਨਾ, ਪ੍ਰੋਪਰਟੀ ਅੱਜ ਕੱਲ੍ਹ ਇੰਨੀ ਮਹਿੰਗੀ ਹੋ ਰਹੀ ਹੈ। ਜੇ ਮੈਂ ਤੁਹਾਨੂੰ ਇੱਕ ਨਿੱਕੀ ਜੀ ਇਹਦੇ ਵਿੱਚ ਹੋਰ ਐਗਜ਼ਾਮਪਲ ਐਡ ਕਰਾਂ, ਜੀ ਤੁਸੀਂ ਜਿਹੜੀ ਅੱਜ ਤੋਂ 2 ਸਾਲ ਪਹਿਲਾਂ ਜ਼ਮੀਨ 22-23 ਲੱਖ ਨੂੰ ਸੀ ਨਾ ਜੀ, ਜੀ ਉਹ ਅੱਜ ਦੇ ਟਾਈਮ 30-32 ਲੱਖ ਨੂੰ ਹੋ ਗਈ ਹੈ। ਤੇ ਦਸ ਜੀ ਲੱਖ ਰੁਪਇਆ ਮਤਲਬ ਇਜ਼ ਇਕਵਲ ਟੂ $20,000 ਤੁਹਾਨੂੰ ਕਦੇ ਵੀ, ਜਿਵੇਂ ਕਹਿੰਦੇ ਹੁੰਦੇ ਆ 2 ਸਾਲਾਂ 'ਚ ਤੁਸੀਂ ਜੋੜ ਨਹੀਂ ਸਕਦੇ, ਜੀ ਠੀਕ ਹੈ, ਮਿਹਨਤ ਕਰਕੇ ਖਾ ਸਕਦੇ ਹੋ। ਈਵਨ ਉਸ ਜ਼ਮੀਨ 'ਚੋਂ ਤੁਹਾਨੂੰ ਠੇਕਾ ਆ ਰਿਹਾ, ਠੀਕ ਹੈ, ਜਿਹਨੂੰ ਨਹੀਂ ਤੁਸੀਂ ਜੀ ਖਾ ਜੀ ਰਹੇ ਹੋ ਜਾਂ ਤੁਸੀਂ ਆਪਣੀ ਜੀ ਖੇਤੀ ਕਰ ਰਹੇ ਹੋ, ਉਹ 'ਚੋਂ ਇਨਕਮ ਖਾ ਰਹੇ ਹੋ, ਪਲੱਸ ਜੀ ਤੁਹਾਡੀ ਉਹ ਚੀਜ਼ ਵੱਧ ਰਹੀ ਹੈ, ਠੀਕ ਹੈ। ਕੈਨੇਡਾ 'ਚ ਤੁਹਾਡੀ ਉਹ ਚੀਜ਼ ਹੈ, ਮੰਨ ਲਓ ਫੋਰ ਐਗਜ਼ਾਮਪਲ ਤੁਸੀਂ ਘਰ ਫ੍ਰੀ ਕਰ ਲਿਆ, ਠੀਕ ਹੈ, ਉਹਦੀਆਂ 35 ਸਾਲ ਮੈਨੂੰ ਕਿਸ਼ਤਾਂ ਦੇਣੀਆਂ ਪੈਣੀਆਂ। ਪਹਿਲੀ ਗੱਲ, ਸੋਰੀ ਜੀ ਮੈਂ ਜਾ ਕੇ ਰਹਿਣਾ, ਤਾਂ ਜੇ ਮੈਂ ਫ੍ਰੀ ਵੀ ਕਰ ਲਿਆ ਹਰ ਸਾਲ ਮੈਨੂੰ ਮਿਨੀਮਮ ਪ੍ਰੋਪਰਟੀ ਟੈਕਸ ਤਾਂ ਦੇਣਾ ਹੀ ਪੈਣਾ ਨੇ, ਜਿਹੜਾ ਕੋਈ ਬਿਲਕੁਲ 3500 ਹੈ, $3500 ਸਾਲ ਦਾ ਜਾਂ $4,000 ਸਾਲ ਦਾ, ਉਹਦੇ 'ਚ ਮੇਰਾ ਸਿਟੀ ਕੀ ਸਵਾਰਦੀ ਹੈ ਕਿ ਸਿਰਫ ਆ ਕੇ ਇੱਕ ਗਾਰਬੇਜ ਚੱਕ ਕੇ ਲੈ ਕੇ ਜਾਂਦੀ, ਇੱਕ ਸਨੋਅ ਰਿਮੂਵਲ ਕਰਦੀ ਹੈ, ਠੀਕ ਹੈ। ਜੇ ਤੁਸੀਂ ਵਿੰਟਰ ਟਾਈਮ ਸਪੈਸ਼ਲੀ ਐਡਮਿੰਟਨ ਵਿਜ਼ਿਟ ਕਰੋ ਤਾਂ, ਜਾਂ ਤੁਸੀਂ ਉਹਦੇ ਨੰਬਰ ਕੱਢੋ, ਇੰਨੇ ਐਕਸੀਡੈਂਟ ਹੁੰਦੇ, ਇੰਨੇ ਲੋਕ ਮਰਦੇ, ਇੰਨੇ ਲੋਕ ਇੰਜਰਡ ਹੁੰਦੇ ਆ ਸਿਰਫ ਸਨੋਅ ਰਿਮੂਵਲ ਨਾ ਹੋਣ ਕਰਕੇ। ਜੀ ਲੋਕ ਪੈਸਾ ਦਿੰਦੇ ਆ ਸਿਟੀ ਸਨੂਰ ਮੂਵ ਕਰੇ, ਪਰ ਉਦੋਂ ਆਉਂਦੇ ਜਦੋਂ ਐਕਸੀਡੈਂਟ ਹੋ ਅੜਦੇ, ਜੀ ਦੁਨੀਆ ਜਿਵੇਂ ਕਹਿੰਦੇ ਫਸ ਚੁੱਕੀ ਹੁੰਦੀ ਹੈ ਉਸ ਸਨੋ ਦੇ ਵਿੱਚ, ਸੋ ਉਸ ਪੈਸੇ ਦੀ ਜਿਵੇਂ ਕਹਿੰਦੇ ਸਰਵਿਸ ਵੀ ਨਹੀਂ ਦਿੰਦੀ ਐਟ ਦੀ ਐਂਡ। ਜਿਵੇਂ ਆਪਾਂ ਇਹ ਕਹਿੰਦੇ ਲੋਕ ਕਹਿੰਦੇ ਇੰਡੀਆ ਚੰਗਾ ਜੀ, ਇੰਡੀਆ ਮਾੜਾ, ਕੈਨੇਡਾ ਚੰਗਾ, ਤੁਹਾਨੂੰ ਗੌਰਮੈਂਟ ਕਿਤੇ ਵੀ ਵਰਲਡ 'ਚ ਚਲੇ ਜਾਓ ਤੁਹਾਨੂੰ ਲੁੱਟੂਗੀ ਹੀ ਲੁੱਟੂਗੀ। ਹਾਂ, ਡੇ ਬਾਈ ਡੇ ਜਿਹੜੇ ਨਿੱਕੇ ਆਪਣੇ ਛੋਟੇ ਕੰਮ ਹੈ, ਜਿਵੇਂ ਮੰਨ ਲਓ ਬਿਜਲੀ ਘਰ ਦਾ ਕੰਮ ਹੈ, ਤਹਿਸੀਲ ਦਾ ਕੰਮ ਹੈ, ਜੋ ਕੋਈ ਹੋਰ ਕੰਮ ਹੈ, ਹਾਂ ਇਹ ਕੰਮ 'ਚ ਵੀ ਉੱਥੇ ਤੁਸੀਂ ਜਾਂਦੇ ਹੋ, 1 ਮਿੰਟ 'ਚ ਕੰਮ ਹੋ ਜਾਂਦਾ, ਤੁਸੀਂ ਘਰੇ ਆ ਜਾਂਦੇ, ਜੀ ਠੀਕ ਹੈ। ਇੱਥੇ ਕੀ ਹੈ ਵੀ ਇੱਥੇ ਆਹ ਪੇਪਰ ਲਿਆ, ਉਹ ਪੇਪਰ ਲਿਆ, ਰਿਸ਼ਵਤ ਦੇ ਦਿਓ, ਹਾਂ ਇਹ ਚੀਜ਼ਾਂ ਹੈਗੀਆਂ, ਮੈਂ ਅੱਜ ਵੀ ਮੰਨਦਾ। ਪਰ ਜਿਵੇਂ ਕਹਿੰਦੇ ਹੁੰਦੇ ਆਪਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਪਿੱਛੇ ਜਾਂ ਨਿੱਕੇ ਨਿੱਕੇ ਇਸ਼ੂਜ਼ ਪਿੱਛੇ ਦੇਸ਼ ਛੱਡ ਜਾਣਾ, ਜੀ ਠੀਕ ਹੈ, ਕੋਈ ਵੱਡੀ ਜਿਵੇਂ ਕਹਿੰਦੇ ਪ੍ਰਾਪਤੀ ਨਹੀਂ ਹੈਗੀ ਆਪਣੀ ਬਿਲਕੁਲ ਬਿਲਕੁਲ ਆਪਣੀ ਸੋਲਿਡ ਰੀਜਨ ਵੀ ਨਹੀਂ ਆਪਾਂ ਆਪਣੀ ਕਹਿ ਸਕਦੇ ਆਪਣੀ ਆਪਣੀ ਕੌਮ ਤਾਂ ਜਿਵੇਂ ਕਹਿੰਦੇ ਲੜਾਕੂ, ਜੁਝਾਰੂ, ਮਿਹਨਤੀ, ਠੀਕ ਹੈ, ਇਹ ਚੀਜ਼ਾਂ ਸੀ। ਤੇ ਆਪਾਂ ਕਹਿੰਦੇ ਜੀ ਪਟਵਾਰੀ ਨੇ ਮੇਰੀ ਗੱਲ ਨਹੀਂ ਸੁਣੀ, ਮੈਂ ਕੈਨੇਡਾ ਚੱਲਿਆ ਜੀ, ਠੀਕ ਹੈ, ਮੇਰੇ ਬਿਜਲੀ ਘਰ ਵਾਲਿਆਂ ਨੇ ਮੇਰੀ ਫਾਈਲ ਤੇ ਸਾਈਨ ਨਹੀਂ ਕੀਤੇ ਜੀ, ਮੈਂ ਕੈਨੇਡਾ ਚੱਲਿਆ। ਹਾਂ, ਮੁਸੀਬਤਾਂ ਹੈਗੀਆਂ ਛੋਟੀਆਂ ਛੋਟੀਆਂ, ਪਰ ਆਪਾਂ ਨੂੰ ਲਾਈਫ 'ਚ ਕਿੰਨੇ ਕੁ ਵਾਰੀ ਜਿਵੇਂ ਕਹਿੰਦੇ ਇਹਨਾਂ ਬੰਦਿਆਂ ਕੋਲੇ ਜਾਣਾ ਪੈਂਦਾ, ਜੀ 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 ਠੀਕ ਹੈ। ਸੋ ਇਹਨਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਤੋਂ ਡਰ ਕੇ ਜਾਂ ਸੋਚ ਕੇ ਜਾਂ ਇਹਨਾਂ ਚੀਜ਼ਾਂ ਨੂੰ ਕਰਕੇ ਤੇ ਤੁਸੀਂ ਪੰਜਾਬ ਛੱਡ ਰਹੇ ਹੋ, ਸਭ ਤੋਂ ਵੱਡੀ ਬੇਵਕੂਫੀ ਹੈ ਮੇਰੇ ਹਿਸਾਬ ਨਾਲ। ਪੰਜਾਬ 'ਚ ਰਹਿ ਕੇ ਕੰਮ ਕਰੋ, ਸੰਘਰਸ਼ ਕਰੋ, ਜੀ ਠੀਕ ਜੀ ਹੈ, ਜੀ ਸਭ ਤੋਂ ਵੱਡੀ ਚੀਜ਼ ਹੈ। ਹੁਣ ਕਾਲਜਿਸ ਕਿੰਨੇ ਬੰਦ ਹੋ ਗਏ ਬਾਈ, ਪਲੱਸ ਟੂ ਤੋਂ ਬਿਲਕੁਲ ਬਾਅਦ ਬਿਲਕੁਲ ਵਾਲੇ, BA 'ਚ ਕਿੰਨੀਆਂ ਘੱਟ ਐਡਮਿਸ਼ਨਸ ਹੈ, ਠੀਕ ਹੈ, ਜਿਵੇਂ ਪੋਲੀਟੈਕਨਿਕ ਕਾਲਜ ਤਾਂ ਪੰਜਾਬ ਦੇ ਆਲਮੋਸਟ ਸਾਰੇ ਬੰਦ ਹੀ ਹੋ ਚੁੱਕੇ ਆ। ਬੰਦ ਬੰਦ ਬਿਲਕੁਲ ਬਿਲਕੁਲ ਮੈਂ ਬਿਲਕੁਲ ਜਿਵੇਂ ਹੁਣ GDB ਛਾਪਿਆਂ ਵਾਲੀ ਪੋਲੀਟੈਕਨਿਕ 'ਚ ਡਿਪਲੋਮਾ ਕੀਤਾ ਸੀਗਾ ਬਾਈ, ਤੇ ਉਹ ਕਾਲਜ ਅੱਜ ਦੇ ਟਾਈਮ ਬੰਦ ਹੈ, ਤੇ ਕਿਲੋ ਕਿਲੋ ਜਿਵੇਂ ਕਹਿੰਦੇ ਹੁੰਦੇ ਆ ਵੀ ਗੰਦ ਚੜਿਆ ਪਿਆ, ਤੇ ਵੱਡਾ ਵੱਡਾ ਘਾਹ ਹੈ। ਕਾਰਨ ਕੀ ਹੈ, ਸਟੂਡੈਂਟ ਹੀ ਹੈ ਨੀ ਜੀ, ਜੀ ਡਿਗਰੀ ਕਾਲਜ ਸੀਗਾ ਛਾਪਿਆਂ ਵਾਲੀ ਵਾਲਾ, ਉਹ ਵੀ ਬੰਦ ਹੈ। ਸੋ ਇਹਦਾ ਰੀਜ਼ਨ ਸਭ ਤੋਂ ਵੱਡਾ ਇਹੀ ਹੈ ਨਾ, ਲੋਕ ਬਾਹਰ ਜਾਂਦੇ ਨੇ, ਨਾਲੇ ਪਰ ਦੂਜੀ ਸਟੱਡੀ ਚੀਜ਼ ਕੈਪ ਲੱਗਣ ਕਰਕੇ ਹੁਣ ਸ਼ਾਇਦ ਰੌਣਕ ਪਰਤੂਗੀ ਦੁਬਾਰਾ ਕਾਲਜਾਂ ਬਈ, ਦੇ ਵਿੱਚ। ਪ੍ਰੋਬਲਮ ਇਹ ਹੈ ਇਹਨਾਂ ਨੇ ਸਿਰਫ ਟਾਈਮ ਬੀਂਗ ਕੈਪ ਲਾਇਆ, ਸਾਲ ਵਾਸਤੇ ਲਾ ਦੇਣਗੇ, ਉਹ ਦੁਬਾਰਾ ਫਿਰ ਚੱਕ ਦੇਣਗੇ। ਜੀ ਜੀ ਇੱਕ ਸਾਲ ਚ ਆਪਾਂ ਕਿੰਨਾ ਕੀ ਯੂਥ ਹੈ, ਵੱਧ ਤੋਂ ਵੱਧ BA ਦੀ ਜੀ ਐਡਮਿਸ਼ਨ ਲੈ ਲੈਣਗੇ ਜੀ, ਜੀ ਜਾਂ ਕਿਸੇ ਜੀ ਹੋਰ ਕੋਰਸ ਲੈ ਲੈਣਗੇ ਜਦੋਂ ਓਪਨ ਹੋਇਆ। ਜੀ ਜਾਂ ਤਾਂ ਜੇ ਕੈਪ ਲਾਉਣਾ ਸੀ ਤਾਂ ਸਰਟਨ ਟਾਈਮ ਵਾਸਤੇ ਲਾਉਂਦੇ, 2 ਸਾਲ, 5 ਸਾਲ, 10 ਸਾਲ, ਕੋਈ ਕੈਪ ਤਾਂ ਪਤਾ ਤਾਂ ਲੱਗਦਾ। ਜਿਹੜਾ ਇੱਕ ਆਪਾਂ ਕਹਿ ਦੇਣਾ ਜੀ ਬਸ ਕੈਪ ਲਾਤਾ, ਉਹਦਾ ਕੋਈ ਟਾਈਮ ਫਰੇਮ ਤਾਂ ਦਿਓ ਸਾਨੂੰ। ਜਿਵੇਂ ਆਮ ਖਬਰਾਂ ਆਪਾਂ ਸੁਣ ਰਹੇ ਹਾਂ ਵੀ ਜਿਹੜਾ ਆਉਣ ਵਾਲੀ ਸਰਕਾਰ ਹੈ ਕੈਨੇਡਾ ਦੇ ਵਿੱਚ, ਜਿਹੜੀ ਜਿਹੜੀਆਂ ਕਿਆਸਾਂ ਲਾਈਆਂ ਲੋਕਾਂ ਨੇ ਵੀ ਜਿਹੜੀ ਸਰਕਾਰ ਬਣੂਗੀ
ਉਹ ਇਮੀਗ੍ਰੇਸ਼ਨ ਨੂੰ ਹੋਰ ਸਖਤ ਕਰੂਗੀ। ਹਾਂਜੀ, ਕੰਜ਼ਰਵੇਟਿਵ ਦੇ ਚਾਂਸਸ ਪੂਰੇ ਹੈਗੇ ਬਾਈ ਆਉਣ ਵਾਲੇ ਟਾਈਮ 'ਚ, ਕਿਉਂਕਿ ਲੋਕ ਕੈਨੇਡਾ ਦੇ ਸਿਟੀਜ਼ਨ, ਕੈਨੇਡਾ ਦੇ ਪਰਮਾਨੈਂਟ ਰੈਜ਼ੀਡੈਂਟ ਲੋਕ ਐਸਟਹੈਮ ਟਰੂਡੋ ਸਰਕਾਰ ਤੋਂ, ਲਿਬਰਲ ਸਰਕਾਰ ਤੋਂ ਅੱਕ ਚੁੱਕੇ ਆ ਕਿ ਇਹਨਾਂ ਨੇ ਇੰਨੇ ਇਮੀਗ੍ਰੈਂਟਸ ਨੂੰ ਸੱਦਿਆ, ਸਾਡੇ 'ਤੇ ਬੋਝ ਪੈ ਰਿਹਾ, ਇੰਨੇ ਲੋਕਾਂ ਨੂੰ ਅਸਾਈਲਮ ਦਿੱਤੀ, ਸਾਡੇ 'ਤੇ ਬੋਝ ਪੈ ਰਿਹਾ, ਉਹ ਚੀਜ਼ ਦਾ ਫਰਕ ਤਾਂ ਪੈਣਾ ਹੀ ਪੈਣਾ ਜੀ। ਠੀਕ ਆ, ਜਿਵੇਂ ਤੁਸੀਂ ਟੈਕਸ ਦੀ ਗੱਲ ਕਰਦੇ ਸੀ, ਹੈ ਨਾ, ਵੀ ਹੁਣ ਦੇ ਟਾਈਮ ਇੱਕ ਬਹੁਤ ਭਖਦਾ ਜਿਹੜਾ ਹੈਗਾ ਮੁੱਦਾ ਚੱਲ ਰਿਹਾ ਰੇਨ ਟੈਕਸ। ਥੋੜੇ 2 ਕੁ ਦਿਨ ਪਹਿਲਾਂ ਜਿਹੜੀ ਨਿਊਜ਼ ਆਈ ਹੈ ਮੀਡੀਆ 'ਚ, ਵੀ ਜਿਹੜੀ ਸਰਕਾਰ ਆ ਟੋਰਾਂਟੋ ਦੇ ਵਿੱਚ, ਟੋਰਾਂਟੋ ਸ਼ਹਿਰ ਦੇ ਵਿੱਚ ਇੰਪਲੀਮੈਂਟ ਕਰ ਰਹੀ ਹੈ ਇਹ ਕਾਨੂੰਨ, ਵੀ ਜਿਹੜਾ ਰੇਨ ਟੈਕਸ ਲੱਗੂਗਾ ਉੱਥੇ। ਮਾੜਾ ਜਿਹਾ ਇਹਦੇ ਬਾਰੇ ਦੱਸੋਗੇ ਵੀ ਰੇਨ ਟੈਕਸ ਚੀਜ਼ ਕੀ ਹੈ, ਕਿਸ ਤਰ੍ਹਾਂ ਇਹਦੀ ਇੰਪਲੀਮੈਂਟੇਸ਼ਨ ਇਹਨਾਂ ਨੇ ਕਰਨੀ ਹੈ? ਬਾਈ, ਕੈਨੇਡਾ 'ਚ ਕਈ ਜਗ੍ਹਾ 'ਤੇ ਆਲਰੇਡੀ ਰੇਨ ਟੈਕਸ ਹੈਗਾ ਜੀ। ਠੀਕ ਹੈ, ਆਮ ਆਪਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਹੈਗਾ, ਬਿਲਕੁਲ, ਪਰ ਜਿਹੜੇ ਲੋਕ ਬਿੱਲ ਪੜ੍ਹਦੇ ਆ ਪ੍ਰੋਪਰ, ਜਿਨ੍ਹਾਂ ਨੂੰ ਜਿਹੜੇ ਏ ਸੀ ਦੀ ਡੰਗਾਈ 'ਚ ਜਾਂਦੇ, ਉਹਨਾਂ ਨੂੰ ਪਤਾ ਜਿਵੇਂ ਕਿ ਕਈ ਪ੍ਰੋਵਿੰਸ 'ਚ ਸਨੋਅ ਪੈਂਦੀ ਹੈ। ਠੀਕ ਹੈ, ਮੰਨ ਲਓ ਜੀ 10 ਘਰ ਉਸ ਕਲੋਨੀ ਦੇ ਵਿੱਚ ਹੈਗੇ ਆ, ਉੱਥੇ 5 ਸੀਵਰ ਆ ਜੀ, ਤੇ ਮੰਨ ਲਓ ਉੱਥੇ 1 ਕੁਇੰਟਲ ਸਨੋਅ ਪੈ ਗਈ, ਜਦੋਂ ਪਿਘਲ ਗਈ ਉਹਦਾ 100 ਕਿਲੋ ਪਾਣੀ ਬਣ ਗਿਆ। ਠੀਕ ਹੈ, ਉਹ 100 ਕਿਲੋ ਪਾਣੀ ਜਦੋਂ ਸੀਵਰ ਦੇ ਵਿੱਚ ਜਾਣਾ, ਉਹਨੂੰ 10 ਘਰਾਂ ਦੇ ਉੱਤੇ ਵੰਡ ਦੇਣਾ। ਠੀਕ ਹੈ, ਉਹਦਾ ਬਿੱਲ ਵੀ ਹੈ ਜਿਹੜਾ 5-10 ਘਰਾਂ ਨੂੰ ਪਾ ਦੇਣਾ। ਉਹ ਤਾਂ ਕੁਦਰਤੀ ਚੀਜ਼ ਹੈ ਨਾ ਜੀ। ਠੀਕ ਹੈ, ਉਹ ਬਿੱਲ ਕਿਸ ਲਈ ਲਾਇਆ ਜਾ ਰਿਹਾ ਹੈ ਕਿ ਟੋਰਾਂਟੋ ਦੇ ਵਿੱਚ ਵੀ ਅਸੀਂ ਸੀਵਰ ਕਲੀਨ ਕਰਾਂਗੇ ਜੀ ਇਸ ਪੈਸਿਆਂ ਨਾਲ, ਮੇਨਟੇਨੈਂਸ ਕਰਾਂਗੇ, ਜੋ ਮੇਨਟੇਨੈਂਸ ਕਰਾਂਗੇ। ਹਾਂਜੀ, ਠੀਕ ਹੈ। ਹੁਣ ਜੇ ਦੂਜੇ ਪਾਸੇ ਦੇਖਿਆ ਜਾਵੇ, ਕੈਨੇਡਾ ਜਿਹੜਾ ਘਰਾਂ 'ਚ ਪਾਣੀ ਆਉਂਦਾ ਆਪਾਂ ਉਹਦਾ ਬਿੱਲ ਦਿੰਦੇ ਹਾਂ, ਜਾਂ ਡਰੇਨ ਹੁੰਦਾ ਉਹਦਾ ਵੀ ਬਿੱਲ ਦਿੰਦੇ ਹਾਂ, ਤੇ ਉਹ ਵੀ ਉਸੇ ਸੀਵਰ ਥਣੀ ਬਾਹਰ ਜਾਂਦਾ। ਫਿਰ ਇਹਨਾਂ ਨੇ ਉਹ ਪੈਸੇ ਸਾਡੇ ਤੋਂ ਲੈ ਕੇ ਕਿਹੜੇ ਸੀਵਰ ਸਾਫ਼ ਕਰਨੇ ਆ ਜਿਹੜੇ ਪਹਿਲਾਂ ਨਹੀਂ ਹੋ ਰਹੇ? ਜਾਂ ਤਾਂ ਗੌਰਮੈਂਟ ਇਹ ਕਵੇ ਕਿ ਜਿਹੜੇ ਪਹਿਲਾਂ ਅਸੀਂ ਪੈਸੇ ਲੈ ਰਹੇ ਹਾਂ ਜਿਹੜੇ ਪਾਣੀ ਦੇ ਆਉਣ ਦੇ ਜਾਂ ਡਰੇਨ ਹੋਣ ਦੇ, ਉਹ ਅਸੀਂ ਕਿਤੇ ਹੋਰ ਲਾ ਰਹੇ ਹਾਂ, ਤੇ ਇਹ ਅਸੀਂ ਉੱਥੇ ਯੂਜ਼ ਕਰਾਂਗੇ। ਕੈਨੇਡਾ ਸਰਕਾਰ ਨੂੰ ਥੋੜੀ ਕਲੈਰਿਟੀ ਤਾਂ ਦੇਣੀ ਚਾਹੀਦੀ ਹੈ। ਐਟ ਦੀ ਐਂਡ ਲੋਕਾਂ ਤੇ ਭਾਰ ਹੈ, ਮਿਊਨਿਸਪਲ ਪੈਸੇ ਬਣਾ ਰਹੀ ਹੈ। ਜੀ ਜੀ ਜੀ, ਕਾਰਬਨ ਟੈਕਸ ਆਉਣ ਵਾਲੇ ਟਾਈਮ 'ਚ ਵਧਣ ਲੱਗਿਆ। ਜਿਵੇਂ ਆਪਾਂ ਗੱਲ ਕਰ ਰਹੇ ਸੀਗੇ, ਕਾਰਬਨ ਟੈਕਸ ਇਹ ਹੁੰਦਾ ਜੀ, ਜਿਹੜੀ ਪੈਟਰੋਲ ਜਾਂ ਡੀਜ਼ਲ 'ਚੋਂ ਬਾਹਰ ਧੂੰਆਂ ਨਿਕਲਦਾ, ਉਹਦਾ ਟੈਕਸ ਗੌਰਮੈਂਟ ਡਬਲ ਕਰਨ ਜਾ ਰਹੀ ਹੈ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ। ਹੁਣ ਇਸ ਲਈ ਇਹ ਟੈਕਸ ਤਾਂ ਲੈ ਰਹੇ ਆ, ਪਹਿਲਾਂ ਪੈਟਰੋਲ ਵੇਚ ਦੇ ਉੱਤੇ ਟੈਕਸ ਹੈ ਜੀ, ਡੀਜ਼ਲ ਵੇਚ ਦੇ ਉੱਤੇ ਟੈਕਸ ਹੈ। ਠੀਕ ਹੈ, ਇਨਕਮ ਇਨਸਾਨ ਦੀ ਉੱਤੇ ਟੈਕਸ ਹੈ, ਹਰ ਚੀਜ਼ ਤੇ ਟੈਕਸ ਲੈ ਰਹੀ ਹੈ। ਜੇ ਇਹ ਕਾਰਬਨ ਟੈਕਸ ਲੈ ਰਹੀ ਹੈ, ਗੌਰਮੈਂਟ ਨੇ ਇਹੋ ਜਿਹੇ ਕਿਹੜੇ ਪਿਊਰੀਫਾਇਰ ਲਾਏ ਆ ਹਵਾ ਦੇ ਵਿੱਚ, ਜਾਂ ਕਿਹੜੀ ਐਸੀ ਚੀਜ਼ ਕਰ ਰਹੀ ਹੈ ਜਿਹਨੂੰ ਹਵਾ ਪਿਓਰ ਕਰਕੇ ਉਹ ਲੋਕਾਂ ਨੂੰ ਦੇ ਰਹੀ ਹੈ? ਐਟ ਦੀ ਐਂਡ ਲੋਕਾਂ ਨੂੰ ਫਿਰ ਉਹੀ ਕਹਿ ਰਹੀ ਹੈ ਕਿ ਤੁਸੀਂ ਪੈਟਰੋਲ ਫੂਕ ਰਹੇ ਹੋ, ਡੀਜ਼ਲ ਫੂਕ ਰਹੇ ਹੋ, ਹਵਾ ਪਿਊਰ ਹੋ ਰਹੀ ਹੈ, ਅਸੀਂ ਤੁਹਾਡੇ ਤੋਂ ਉਹਦਾ ਟੈਕਸ ਲੈ ਰਹੇ ਹਾਂ, ਪਰ ਉਹ ਯੂਟੀਲਾਈਜ਼ ਤਾਂ ਕਿਤੇ ਨਾ ਕਰ ਰਹੀ। ਬਿਲਕੁਲ ਬਿਲਕੁਲ ਬਿਲਕੁਲ, ਕਿਉਂਕਿ ਟੈਕਸ ਕਰਕੇ ਤਾਂ ਪਹਿਲਾਂ ਹੀ ਲੋਕ ਚੀਕਾਂ ਮਾਰ ਰਹੇ ਆ। ਦੂਜੀ ਚੀਜ਼ ਦੇ ਵਿੱਚ ਇੱਕ ਟੈਕਸ ਹੀ ਉਹ ਜੀ ਚੀਜ਼ ਆ ਜਿਹਦੇ ਤੋਂ ਲੋਕ ਦੁਖੀ ਆ, ਵੀ ਬਹੁਤ ਸਾਰੇ ਟੈਕਸ ਲਗਾਏ ਜਾਂਦੇ ਆ, ਬੰਦਾ ਇਨਕਮ ਤੋਂ ਵੱਧ ਟੈਕਸ ਭਰ ਦਿੰਦਾ ਹੈਗਾ। ਇਹ ਗੱਲ ਸਹੀ ਹੈ ਬਾਈ, ਵੱਡੀ ਚੀਜ਼ ਇਹੀ ਹੈ ਨਾ ਵੀ ਤੁਸੀਂ ਟੈਕਸਿਸ ਤਾਂ ਆਲਰੇਡੀ ਸਾਡੇ ਤੋਂ ਬਹੁਤ ਸਾਰੇ ਲੈ ਰਹੇ ਹੋ, ਤੇ ਜੇ ਹੁਣ ਥੋੜੇ ਬਹੁਤੇ ਬਚੇ ਤਾਂ ਕਾਰਬਨ ਟੈਕਸ ਡਬਲ ਕਰ ਦਿਓ। ਠੀਕ ਹੈ ਜੀ, ਆਪਣਾ ਜਿਹੜਾ ਆਪਾਂ ਪਾਣੀ ਵਾਲੀ ਗੱਲ ਕਰ ਰਹੇ ਸੀਗੇ ਵੀ ਰੇਨ ਵਾਟਰ ਟੈਕਸ ਵੀ ਲਾ ਦਿਓ ਜੀ। ਕੈਨੇਡਾ 'ਚ ਤਾਂ ਆਲਰੇਡੀ ਇਸ ਟਾਈਮ ਜਿਵੇਂ ਕਹਿੰਦੇ ਹੁੰਦੇ ਲੋਕ ਹੈਂਡ ਟੂ ਮਾਊਥ ਹੋ ਗਏ, ਰੋਟੀ ਖਾਣ ਤੱਕ ਦੇ ਜਿਵੇਂ ਕਹਿੰਦੇ ਹੁੰਦੇ ਆ, ਜਿਹੜੇ ਸਟੂਡੈਂਟਸ ਆ ਵਿਚਾਰਿਆਂ ਨੂੰ ਪੁੱਛ ਕੇ ਵੇਖੋ ਵੀ ਕਿੰਨੇ ਕਿੰਨੇ ਘੰਟੇ ਕੰਮ ਕਰਕੇ ਵੀ ਵਿਚਾਰਿਆਂ ਦੀ ਪੂਰੀ ਨਹੀਂ ਪੈ ਰਹੀ। ਜੀ ਜੀ ਜੀ, 5-5, 7-7 ਸਟੂਡੈਂਟ ਰਹਿ ਰਹੇ ਆ ਜੀ, ਕਿੰਨੀਆਂ ਭੈਣਾਂ ਇਕੱਠੀਆਂ ਇਕੱਠੀਆਂ ਰਹਿ ਰਹੀਆਂ 5-5, 7-7, ਉਹਦਾ ਕਾਰਨ ਕੀ ਹੈ? ਅਫੋਰਡੇਬਿਲਿਟੀ ਸਭ ਤੋਂ ਵੱਡੀ ਪ੍ਰੋਬਲਮ ਹੈ। ਮੈਨੂੰ ਕਿੰਨੇ ਫੋਨ ਆਉਂਦੇ ਆ ਜਿਹਦੇ ਸਟੂਡੈਂਟ ਕੋਲ 5-5, 7-7 ਮਹੀਨੇ ਗਏ ਨੂੰ ਹੋ ਗਏ ਜੀ ਕੰਮ ਹੈ ਨੀ, ਚਾਹੇ ਅਲਬਰਟਾ ਚਾਹੇ ਉਹ ਸਸਕੈਚੁਅਨ ਚਾਹੇ ਉਹ ਮੈਨੀਟੋਬਾ ਚਾਹੇ ਉਹ ਟੋਰਾਂਟੋ ਏਰੀਆ ਚ,
ਕਿੰਨੇ ਬੱਚੇ PR ਵਾਸਤੇ ਇਹਨਾਂ ਪ੍ਰੋਵਿੰਸਾਂ 'ਚ ਮੂਵ ਹੋਏ ਹੈ, ਤੇ ਗਵਰਨਮੈਂਟ ਨੇ ਨਾਲ ਦੀ ਨਾਲ ਇਹਨਾਂ ਦੇ ਪ੍ਰੋਗਰਾਮ ਚੇਂਜ ਕਰਤੇ, ਹੁਣ ਉਹਨਾਂ ਨੂੰ PR 'ਚ ਕਿੰਨੀ ਪ੍ਰੋਬਲਮ ਆ ਰਹੀ ਹੈ। ਬਿਲਕੁਲ 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 ਬਿਲਕੁਲ, ਕਈ ਤਾਂ ਹੁਣ ਘਰ ਟੁੱਟਣ ਦੀ ਕਗਾਰ ਤੇ ਵੀ ਆ ਚੁੱਕੇ ਆ, ਬਹੁਤ ਸਾਰੇ ਕੇਸ ਮੇਰੇ ਵੀ ਨੌਲੇਜ 'ਚ ਹੈਗੇ ਆ ਵੀ ਜਿਵੇਂ ਹੀ ਗਵਰਨਮੈਂਟ ਨੇ ਇਮੀਗ੍ਰੇਸ਼ਨ ਜਿਹੜੇ ਹੈਗੇ ਆ ਰੂਲਸ ਚੇਂਜ ਕੀਤੇ ਆ, ਉਹ ਕਈ ਲੋਕਾਂ ਨੂੰ ਇਹ ਹੋ ਗਿਆ ਵੀ ਸਾਨੂੰ ਤਾਂ ਜਿਹੜਾ ਕੈਨੇਡਾ ਦਾ ਦਰਵਾਜ਼ਾ ਸਦਾ ਵਾਸਤੇ ਬੰਦ ਹੋ ਗਿਆ, ਹੁਣ ਅਸੀਂ 20-25 ਲੱਖ ਲਾ ਕੇ ਆਪਦੀ ਕੁੜੀ ਨੂੰ ਵੀ ਭੇਜਿਆ ਜਾਂ ਆਪਦੀ ਨੂੰਹ ਨੂੰ ਵੀ ਭੇਜਿਆ, ਹੁਣ ਸਾਡਾ ਮੁੰਡਾ ਕਿਵੇਂ ਜਾਊਗਾ ਜਾਂ ਸਾਡੀ ਕੁੜੀ ਕਿਵੇਂ ਜਾਊਗੀ, ਵੀ ਇਹ ਬਹੁਤ ਵੱਡਾ ਰੌਲਾ ਇਹ ਪੰਜਾਬ 'ਚ ਵੀ ਜਿਹੜਾ ਸ਼ੁਰੂ ਹੋ ਚੁੱਕਿਆ। ਵੀਰੇ ਇਹ ਟੈਕਨੀਕਲੀ ਤਾਂ ਮੈਂ ਇਹਨਾਂ ਵਿਆਹਾਂ ਨੂੰ, ਮੇਰੀ ਸ਼ਾਇਦ ਕੋਈ ਇਸ ਗੱਲ ਨਾਲ ਐਗਰੀ ਕਰੇ ਤੇ ਜਾਂ ਨਾ ਕਰੇ, ਟੈਕਨੀਕਲੀ 100 ਚੋਂ ਇਹ ਤੁਸੀਂ ਇਹ ਲਾ ਲਓ ਵੀ 30%, 100 ਚੋਂ 30% ਇਹ ਇੱਕ ਤਰ੍ਹਾਂ ਦੇ ਫੇਕ ਵਿਆਹ ਹੈ। 70% ਇਹ ਹੈ ਹਾਂ ਬੰਦਾ ਕਹਿੰਦਾ ਚਲੋ ਠੀਕ ਹੈ ਜੀ ਮੁੰਡਾ ਉੱਧਰ ਕੁੜੀ ਉੱਧਰ ਆਪਾਂ ਇਕੱਠੇ ਰਵਾਂਗੇ, 30% ਇਹੋ ਜਿਹੇ ਲੋਕ ਹੈ ਜਿਹੜੇ ਕਹਿੰਦੇ ਜੀ ਅਸੀਂ ਜਾ ਕੇ ਉੱਥੇ ਡਾਈਵੋਰਸ ਦੇ ਦੇਵਾਂਗੇ ਕੁੜੀ ਨੂੰ ਜਾਂ ਮੁੰਡੇ ਨੂੰ, ਤੇ ਉਹੀ ਬੰਦੇ ਅੱਜ ਦੇ ਟਾਈਮ ਇਹ ਸੋਚ ਰਹੇ ਜਾਂ ਡਾਈਵੋਰਸ ਦੇ ਰਹੇ ਹੈ ਜਾਂ ਇਹ ਪਹਿਲਾਂ ਹੀ ਸੋਚ ਰਹੇ ਹੈ ਵੀ ਯਾਰ ਵੀ ਮੇਰੀ ਵਾਈਫ ਪਹੁੰਚ ਗਈ ਜਾਂ ਮੇਰਾ ਘਰ ਵਾਲਾ ਪਹੁੰਚ ਗਿਆ, ਮੈਨੂੰ ਸੱਦੂ ਜਾਂ ਨਹੀਂ ਸੱਦੂ ਜਾਂ ਪਹੁੰਚੂ ਜਾਂ ਨਹੀਂ ਪਹੁੰਚੂ, ਸੋ ਉਹ ਚੀਜ਼ਾਂ ਫਾਈਲ ਲਾਉਣ ਤੋਂ ਰਿਫਿਊਜ਼ਲ ਲਾਉਣ ਤੋਂ ਪਹਿਲਾਂ ਹੀ ਇਹ ਰੌਲੇ ਪੈ ਚੁੱਕੇ ਆ ਫੈਮਿਲੀ ਦੇ ਵਿੱਚ, ਸੋ ਆ ਜਿਹੜੇ ਬਹੁਤ ਮਾੜਾ ਕੰਮ ਹੈ ਜੀ। ਜਿਵੇਂ ਹੁਣ ਉੱਥੇ ਆਪਣੇ ਪੰਜਾਬੀ ਆ ਜਾਂ ਆਪਣਾ ਪੰਜਾਬੀ ਭਾਈਚਾਰਾ, ਹੁਣ ਉਹਨਾਂ ਨੂੰ ਤਾਂ ਪਤਾ ਵੀ ਹਾਲਾਤ ਕਿੱਦਾਂ ਦੇ ਬਣੇ ਹੋਏ ਆ, ਫਿਰ ਉਹਨਾਂ ਨੂੰ ਪਹਿਲ ਕਦਮੀ ਵੀ ਮੈਂ ਸਮਝਦਾ ਵੀ ਕਰਨੀ ਚਾਹੀਦੀ, ਅੱਗੇ ਆਉਣਾ ਚਾਹੀਦਾ, ਜੋ ਹਾਲਾਤ ਹੈ ਉਹ ਦੱਸਣੇ ਚਾਹੀਦੇ ਆ, ਤਾਂ ਕਿ ਜਿਹੜਾ ਲੋਕ ਆ ਜਾਂ ਪੰਜਾਬ ਦੇ ਭੋਲੇ ਭਾਲੇ ਲੋਕ ਆ, ਜਿਵੇਂ ਮਾਂ ਪਿਓ ਵੱਲ ਇੰਨੀ ਜਾਣਕਾਰੀ ਨਹੀਂ ਇਹ ਰੱਖਦੇ ਵੀ ਸਾਡੇ ਮੁੰਡੇ ਨੂੰ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ, ਵੀ ਉਹ ਜ਼ਰੂਰ ਮੈਂ ਸਮਝਦਾ ਵੀ ਅੱਗੇ ਆਉਣ ਆਪਦਾ ਜਿਹੜਾ ਹੈਗਾ ਰੋਲ ਅਦਾ ਕਰਨ, ਵੀ ਕੁਛ ਟਾਈਮ ਲਈ ਭਾਈ ਹਾਲਾਤ ਇਹ ਆ ਤੁਸੀਂ ਰੁਕ ਜਾਓ ਜਾਂ 6 ਮਹੀਨੇ ਰੁਕ ਜਾਓ, ਸਾਲ ਰੁਕ ਜਾਓ, 2 ਸਾਲ ਰੁਕ ਜਾਓ, ਫਿਰ ਤੁਸੀਂ ਆਪਦਾ ਕੈਨੇਡਾ ਬਾਰੇ ਸੋਚ ਲਿਓ। ਇਹ ਹਾਲਾਤ ਬਾਈ ਕੋਈ 1-2 ਸਾਲ 'ਚ ਸਹੀ ਹੋਣ ਵਾਲੇ ਨੇ, ਘੱਟੋ ਘੱਟ ਜੇ ਅੱਜ ਇਹ ਪਾਬੰਦੀਆਂ ਹੋਣਗੀਆਂ ਗੌਰਮੈਂਟ ਥੋੜ੍ਹਾ ਜਿਹਾ ਰਿਵਾਈਵ ਕਰਨ ਦੀ ਕੋਸ਼ਿਸ਼ ਕਰੂਗੀ, 5-6 ਸਾਲ ਬੜੇ ਆਰਾਮ ਨਾਲ ਲੱਗ ਜਾਣੇ ਜੀ। ਜੀ 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 ਈਵਨ PR ਲੋਕਾਂ ਕੋਲ ਵੀ ਜੋਬਸ ਹੈਣਗੀਆਂ। ਦੂਜੀ ਚੀਜ਼ ਇਹ ਹਰ ਬੰਦਾ ਮੀਡੀਏ ਸਾਹਮਣੇ ਆ ਕੇ ਗੱਲ ਨਹੀਂ ਕਰ ਸਕਦਾ, ਸ਼ਰਮਮੰਦ ਹੈ ਬੰਦੇ, ਹਰ ਬੰਦਾ ਇਹ ਸੋਚਦਾ ਮੇਰਾ ਇਹ ਪੜਦਾ, ਜਿਹੜੇ ਏਰੀਆ 'ਚ ਭੈਣ ਭਰਾ ਬੈਠੇ ਜਾਂ ਬਾਹਰ ਬੈਠੇ ਉਹਨਾਂ ਨੂੰ ਇਹ ਲੱਗਦਾ ਠੀਕ ਹੈ, ਤੇ ਜੇ 100 ਬੰਦਾ ਕੈਨੇਡਾ 'ਚ ਇਸ ਟਾਈਮ ਰਹਿ ਰਿਹਾ ਤਾਂ 70% ਜਾਂ 50-50 ਦੀ ਆਪਾਂ ਰੇਸ਼ੋ ਬਣ ਕੇ ਚੱਲੀਏ, 50% ਜਿਹੜੇ ਲੋਕ ਆ ਬਹੁਤ ਵਧੀਆ ਲਾਈਫ ਜਾ ਰਹੇ ਆ, ਸਟੇਬਲ ਜੋਬਸ ਆ, ਪਰ ਐਟ ਦੀ ਐਂਡ ਉਹਨਾਂ ਦੇ ਉੱਤੇ ਵੀ ਕਿਰਪਾਨ ਲਟਕਦੀ ਹੈ, ਕਿਸੇ ਵੀ ਟਾਈਮ ਕੰਮ ਵਾਲੇ ਕਹਿ ਸਕਦੇ ਸਵੇਰ ਤੋਂ ਨਾ ਆਏ। ਠੀਕ ਹੈ, ਬਿਲਕੁਲ। ਸੋ ਦੂਜੀ ਵੱਡੀ ਚੀਜ਼ ਇਹ ਲੋਕ ਹੁਣ ਜਿਵੇਂ ਆਪਾਂ ਕੱਲ ਗੱਲ ਕਰ ਰਹੇ ਸੀਗੇ, ਹੁਣ ਮੈਨੂੰ ਫੋਨਸ ਆਉਂਦੇ ਆ ਹਨਾ ਬਾਈ ਪਲਾਨ ਹੋਣ ਦਾ, ਮੂਵ ਇੰਡੀਆ ਹੋਣ ਦਾ ਸੋਚ ਰਿਹਾ ਜੀ, ਠੀਕ ਹੈ ਕਿਵੇਂ, ਸਾਰੀ ਗੱਲ ਕਰਕੇ ਮੇਰੇ ਕਿੰਨੇ ਬੰਦੇ ਆ ਗਏ, ਕਿੰਨੇ ਕੁ ਬੰਦੇ ਆ ਰਹੇ ਹੈ, ਕਿ ਸਿਰਫ ਫੋਨ ਨਹੀਂ ਕਰਦੇ, ਮੈਂ ਸਿਰਫ ਉਹਨਾਂ ਨੂੰ ਇਹੀ ਗੱਲ ਕਹਿੰਦਾ ਹੁੰਦਾ ਕਿ ਤੁਸੀਂ ਲੋਕਾਂ ਵੱਲ ਨਾ ਵੇਖੋ, ਤੁਸੀਂ ਇੱਕ ਆਪ ਐਗਜ਼ਾਮਪਲ ਬਣੋ ਜੀ। ਤੁਸੀਂ ਤੇ ਇੱਕ ਗੱਲ ਉਹ ਗੱਲ ਕਰ ਰਹੇ ਹੋ ਕਿ ਭਗਤ ਸਿੰਘ ਜੰਮੇ ਜੰਮੇ ਗੁਆਂਢੀਆਂ ਦੇ, ਵੀ ਜੇ ਅਸੀਂ ਸੋਚ ਰਹੇ ਹਾਂ ਤਾਂ ਸਾਡੇ ਨਾਲੋਂ ਪਹਿਲਾਂ 10 ਬੰਦੇ ਜਾ ਕੇ ਉੱਥੇ ਰਹਿਣ, ਫਿਰ ਅਸੀਂ ਉਹਨਾਂ ਨੂੰ ਵੇਖਾਂਗੇ ਤੇ ਫਿਰ ਅਸੀਂ ਆਪਦਾ ਡਿਸੀਜਨ ਬਣਾਵਾਂਗੇ ਅਸੀਂ ਆਉਣਾ ਕਿ ਨਹੀਂ ਆਉਣਾ। ਠੀਕ ਹੈ, ਮੈਂ ਉਹਨਾਂ ਨੂੰ ਇਹੀ ਕਹਿੰਦਾ ਹੁੰਦਾ, ਮੈਂ ਤੁਹਾਡੇ ਸਾਹਮਣੇ ਬਹੁਤ ਵੱਡੀ ਐਗਜ਼ਾਮਪਲ ਹਾਂ, ਹੋਰ ਮੇਰੇ ਹਿਸਾਬ ਨਾਲ ਘੱਟੋ ਘੱਟ 500-600 ਬੰਦਾ ਦਾ ਨੰਬਰ ਮੇਰੇ ਦਿਮਾਗ 'ਚ ਹੈਗਾ ਜਾਂ ਮੇਰੇ ਕੋਲ ਇਨਫੋਰਮੇਸ਼ਨ ਹੈਗੀ ਜਿਹੜੇ ਆ ਚੁੱਕੇ ਆ ਜੀ। ਕਿਸੇ ਵੱਲ ਨਾ ਵੇਖੋ, ਤੁਸੀਂ ਜਦੋਂ ਬਾਹਰ ਗਏ ਸੀਗੇ ਉਦੋਂ ਸਿਰਫ ਇਹੀ ਵੇਖ ਕੇ ਗਏ ਸੀ ਨਾ ਕਿ ਬਾਹਰ ਆਹ ਚੀਜ਼ਾਂ, ਤੁਸੀਂ ਸਾਰਾ ਕੁਛ ਆਪਦਾ ਇੱਥੇ ਛੱਡ ਕੇ ਗਏ ਸੀ ਜੀ। ਠੀਕ ਹੈ, ਤਾਂ ਹੁਣ ਵੀ ਆਉਣ 'ਚ ਕੋਈ ਵੱਡੀ ਪ੍ਰੋਬਲਮ ਨਹੀਂ ਹੈਗੀ, ਇੰਡੀਆ ਜਾਂ ਪੰਜਾਬ ਦਾ ਦਿਲ ਬਹੁਤ ਵੱਡਾ,
ਜੀ ਤੇ ਇੱਥੇ ਆਉਣਾ ਮੇਰੇ ਹਿਸਾਬ ਨਾਲ ਅੱਜ ਦੇ ਟਾਈਮ ਸਭ ਤੋਂ ਵਧੀਆ ਡਿਸੀਜਨ ਹੈ, ਕਿਉਂਕਿ ਜੀ ਇਕਨੋਮੀ ਬੂਮ ਹੋ ਰਹੀ ਹੈ, ਜੀ ਸੜਕਾਂ ਬਣ ਰਹੀਆਂ, ਪੰਜਾਬ ਕਨੈਕਟ ਹੋ ਰਿਹਾ ਜਿਵੇਂ ਕਹਿੰਦੇ ਹੁੰਦੇ ਸਾਰੇ ਇੰਡੀਆ ਨਾਲ, ਹਨਾ, ਜੀ ਬਹੁਤ ਜੀ ਜੀ ਸਾਰੀਆਂ ਚੀਜ਼ਾਂ ਹੋ ਰਹੀਆਂ ਜਿਹੜੀਆਂ ਕਿ ਆਉਣ ਜਿਹੜੇ ਇੱਥੇ ਆ ਕੇ ਰਹਿਣਗੇ ਉਹਨਾਂ ਲਈ ਬਹੁਤ ਬੈਨੀਫਿਟ ਹੋਊਗਾ ਜੀ, ਸਪੈਸ਼ਲੀ ਜਿਹੜੇ ਬਾਹਰੋਂ ਬਿਲਕੁਲ ਮੁੜ ਕੇ ਆਉਣਗੇ। ਬਿਲਕੁਲ ਬਿਲਕੁਲ ਜੇ ਆਪਾਂ ਇਹ ਕਹਿ ਲਈਏ ਵੀ ਹੁਣ ਦੇ ਟਾਈਮ ਇਹ ਸਹੀ ਡਿਸੀਜਨ ਹੈ, ਜਿਹਨੇ ਮੂਵ ਹੋਣਾ ਜਾਂ ਜਿਹੜਾ ਮੁੜਨਾ ਚਾਹੁੰਦਾ ਉਹਦੇ ਵਾਸਤੇ ਬਹੁਤ ਵਧੀਆ ਸਮਾਂ ਹੈ। ਹਾਂਜੀ, ਪੰਜਾਬ ਮੁੜਨ ਵਾਸਤੇ ਤਾਂ ਸਮਾਂ ਬਾਈ ਕਦੇ ਵੀ ਮਾੜਾ ਨਹੀਂ ਹੋਇਆ, ਜੇ ਅੱਜ ਮੁੜੋਗੇ ਤਾਂ ਬਹੁਤ ਵਧੀਆ ਚੀਜ਼ ਹੈ। ਇੱਥੇ ਮੈਂ ਇੱਕ ਥੋੜ੍ਹੀ ਜਿਹੀ ਹੋਰ ਕਈ ਪੇਰੈਂਟਸ ਨੂੰ ਕਲੈਰਿਟੀ ਦੇ ਦਾਂ, ਜਿਵੇਂ ਇੱਕ ਵੀਰੇ ਦਾ ਫੋਨ ਆਇਆ ਸੀ ਮੈਨੂੰ ਥੋੜ੍ਹੇ ਦਿਨ ਪਹਿਲਾਂ ਆਸਟ੍ਰੇਲੀਆ ਤੋਂ, ਉਹ ਜੀ ਕਹਿੰਦੇ ਸੀ ਜੀ ਮੈਂ ਇੱਥੇ ਇੰਡੀਆ ਆਇਆ ਸੀਗਾ, ਮੈਂ ਆਪਦੀ ਬੇਟੀ ਨੂੰ ਸਕੂਲ ਐਜੂਕੇਸ਼ਨ, ਜਿਹੜੇ ਬਾਹਰ ਰਹਿੰਦੇ ਉਹਨਾਂ ਦੇ ਦਿਮਾਗ 'ਚ ਬਹੁਤ ਵੱਡਾ ਹੋਊਗਾ, ਉਹ ਇਹ ਗੱਲ ਕਰ ਰਹੇ ਸੀਗੇ ਕਿ ਮੈਂ ਆਪਦੀ ਬੇਟੀ ਨੂੰ ਲੈ ਕੇ ਆਇਆ ਸੀਗਾ ਤੇ ਮੇਰੀ ਬੇਟੀ ਤੋਂ ਜਿਹੜਾ ਐਂਟਰੈਂਸ ਐਗਜ਼ਾਮ ਉਹ ਪਾਸ ਨਹੀਂ ਹੋਇਆ ਤੇ 2 ਸਾਲ ਪਿੱਛੇ ਲੈ ਰਹੇ ਸੀ, ਈਵਨ ਉਹਨਾਂ ਨੇ 2 ਸਾਲ ਪਿੱਛੇ ਐਡਮਿਸ਼ਨ ਵੀ ਕਰਾਤੀ ਸੀ, ਪਰ ਜਿਹੜੇ ਛੋਟੇ ਬੱਚੇ ਸੀ ਉਹਨਾਂ ਨੂੰ ਦੀਦੀ ਦੀਦੀ ਕਹਿ ਕੇ ਚੜਾਉਂਦੇ ਸੀ, ਤੇ ਜੀ ਫਿਰ ਉਹ ਵਾਪਸ ਚਲੇ ਗਏ ਆਸਟ੍ਰੇਲੀਆ ਜੀ। 6 ਮਹੀਨੇ ਜੀ ਬਾਅਦ ਸਿਰਫ ਉਹ ਆਪਦੀ ਬੇਟੀ ਨੂੰ ਲੈ ਕੇ ਆਏ ਸੀ, ਵਾਈਫ ਤੇ ਦੂਜੀ ਬੇਟੀ ਉੱਥੇ ਸੀ। ਜੀ 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 ਤੇ ਫਿਰ ਮੈਨੂੰ ਕਹਿੰਦੇ ਵੀਰੇ ਇਸ ਚੀਜ਼ ਦਾ ਤੁਹਾਡੇ ਕੋਲੇ ਕੀ ਹੱਲ ਹੈ? ਮੈਂ ਉਹਨਾਂ ਨੂੰ ਇਹੀ ਐਗਜ਼ਾਮਪਲ ਦਿੱਤੀ, ਮੈਂ ਕਿਹਾ ਪਹਿਲੀ ਗੱਲ ਤਾਂ ਜੀ ਮੈਂ ਆਪਦੇ ਬੇਟੇ ਤੇ ਲਾ ਕੇ ਦੱਸਦਾ, ਮੇਰਾ ਬੇਟਾ ਫਸਟ ਸਟੈਂਡਰਡ 'ਚ ਆਉਣਾ ਸੀ, ਮੈਂ UKG ਚਲਾਇਆ 6 ਸਾਲ ਪਿੱਛੇ, ਠੀਕ ਹੈ, ਈਵਨ ਉਹਨੂੰ ਸਾਰਾ ਕੁਛ ਆਉਂਦਾ ਸੀ, ਪਰ ਪ੍ਰੋਬਲਮ ਕੀ ਹੈ ਜੀ, ਆਪਣੇ ਇੰਡੀਆ 'ਚ ਸਟੱਡੀ ਕੈਨੇਡਾ ਨਾਲ ਬਹੁਤ ਡਿਫਰੈਂਟ ਆ, ਜੀ ਤੇ 1 ਸਾਲ ਜੇ ਪਿੱਛੇ ਤੁਹਾਡਾ ਬੱਚਾ ਲੱਗਦਾ ਤਾਂ ਕੋਈ ਵੱਡਾ ਫਰਕ ਨਹੀਂ। ਦੂਜੀ ਜੀ ਚੀਜ਼ ਇਹ ਹੈ, ਤੁਸੀਂ ਕਿਸੇ ਵੀ ਸਕੂਲ ਜਾਂ ਕਿਸੇ ਵੀ ਕਲਾਸ 'ਚ ਤੁਸੀਂ ਆਪਦੇ ਬੱਚੇ ਨੂੰ ਲਾਉਣਾ, ਸਭ ਤੋਂ ਪਹਿਲੀ ਚੀਜ਼ ਹੈ ਤੁਸੀਂ ਇੱਥੇ ਕਿਸੇ ਆਪਦੇ ਭੈਣ ਭਰਾ ਨੂੰ ਕਹੋ ਸਾਨੂੰ ਸਕੂਲ 'ਚ ਇੱਕ ਐਂਟਰੈਂਸ ਐਗਜ਼ਾਮ ਜਿਹੜਾ ਅਗਲੀ ਕਲਾਸ ਦਾ ਉਹਨਾਂ ਨੇ ਲੈਣਾ, ਜੇ ਤੁਸੀਂ ਚਾਹੁੰਦੇ ਮੇਰਾ 7th 'ਚ ਬੱਚਾ 8th 'ਚ ਹੋਵੇ ਇੰਡੀਆ 'ਚ ਆ ਕੇ ਉਸੇ ਕਲਾਸ 'ਚ ਹੀ ਪੜ੍ਹੇ, ਜਾਂ ਮੰਨ ਲਓ ਤੁਸੀਂ 1 ਸਾਲ ਪਿੱਛੇ ਲਾਉਣ ਲਈ ਰਾਜ਼ੀ ਹੋ, ਤਾਂ ਤੁਸੀਂ ਐਂਟਰੈਂਸ ਐਗਜ਼ਾਮ ਲੈ ਲਓ ਸਕੂਲ ਤੋਂ, ਤੁਹਾਨੂੰ ਦੇ ਦੂਗਾ ਉਹ 'ਚ ਕੋਈ ਪ੍ਰੋਬਲਮ ਨਹੀਂ। ਪਿਛਲੇ ਸਾਲ ਦੀਆਂ ਸਾਰੀਆਂ ਬੁੱਕਸ ਲੈ ਲਓ 7th ਦੀਆਂ, ਜੇ ਤੁਸੀਂ 8th 'ਚ ਲਾਉਣਾ, ਸਾਰਾ ਸਟੱਡੀ ਕਰਾਓ, ਬੱਚੇ ਨੂੰ ਪ੍ਰੋਪਰ ਟਿਊਸ਼ਨ ਦਿਓ, ਉੱਥੇ ਜੀ ਟਾਈਮ ਜੀ ਸਪੈਂਡ ਕਰੋ, ਠੀਕ ਆ, ਜੀ ਤਾਂ ਜੋ ਉਹਨੂੰ 8th 'ਚ ਜਾ ਕੇ ਉਹਦੇ ਨਾਲ ਦੀ ਮਿਲਦੀਆਂ ਜੁਲਦੇ ਪੇਪਰ ਹੋਣਗੇ, ਮਿਲਦੇ ਜੁਲਦੇ ਕੁਐਸਚਨ ਹੋਣਗੇ, ਬੱਚੇ ਦਾ ਮਾਇੰਡ ਸੈਟ ਉੱਥੇ ਪਹੁੰਚ ਜੇ, ਜੀ ਠੀਕ ਆ, ਕਿਉਂਕਿ ਜਦੋਂ ਬੱਚਾ ਐਟ ਦੀ ਐਂਡ ਕਲਾਸ 'ਚ ਐਂਟਰ ਹੁੰਦਾ ਸਾਰੀਆਂ ਚੀਜ਼ਾਂ ਕੈਚਅਪ ਕਰ ਹੀ ਜਾਂਦਾ, ਉਹ 'ਚ ਕੋਈ ਵੱਡੀ ਗੱਲ ਨਹੀਂ ਹੁੰਦੀ। ਜੀ ਜੀ ਸੋ ਇਹ ਜੀ ਪੰਜਾਬ ਦੇ ਵਿੱਚ ਫੈਸਿਲਿਟੀ ਹੈਗੀ ਹੈ, ਮਾਂ ਪਿਓ ਜਿਹੜੇ ਮੂਵ ਹੋਣ ਵਾਸਤੇ ਸੋਚ ਰਹੇ ਆ ਬੱਚਿਆਂ ਨੂੰ ਲੈ ਕੇ ਕੁਐਸਚਨ, ਸਭ ਤੋਂ ਬੈਸਟ ਚੀਜ਼ ਇਹੀ ਹੈ ਤੁਸੀਂ ਜਿੱਥੇ ਵੀ ਬੱਚੇ ਨੂੰ ਲਾਉਣਾ ਐਂਟਰੈਂਸ ਐਗਜ਼ਾਮ ਲੈ ਲਓ ਉਹਨਾਂ ਤੋਂ, ਪਿਛਲੀ ਕਲਾਸ ਦੀਆਂ ਬੁੱਕਸ ਲੈ ਲਓ, ਪੜ੍ਹਾ ਲਓ ਨਾਲ ਨਾਲ ਉਹਨਾਂ ਨੂੰ ਸਟੱਡੀ ਕਰਾ ਦਿਓ ਤੇ ਆ ਕੇ ਇੱਥੇ ਆਪਦੀ ਐਡਮਿਸ਼ਨ ਕਰਾ ਦਿਓ। ਪੰਜਾਬ ਦੇ ਵਿੱਚ ਕਈ ਸਕੂਲਸ ਵੀ ਹੈਗੇ ਆ ਜੀ ਆਪਣੇ ਜਿਹੜੇ ਸਪੈਸ਼ਲੀ NRI ਬੱਚਿਆਂ ਨੂੰ ਹੀ ਲੈਂਦੇ ਆ, ਮੈਂ ਉਹ ਸਕੂਲ ਦਾ ਨਾਮ ਨਹੀਂ ਲੈਣਾ ਚਾਹੁੰਦਾ ਜੀ, ਪਰ ਜੇ ਤੁਸੀਂ ਪਰਸਨਲੀ ਮੈਨੂੰ ਫੋਨ ਕਰਕੇ ਆਪਣਾ ਪੁੱਛੋ ਤਾਂ ਮੈਂ ਤੁਹਾਨੂੰ ਜ਼ਰੂਰ ਉਹਦੀ ਇਨਫੋਰਮੇਸ਼ਨ ਦੇਊਂਗਾ। ਜੀ 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 ਉੱਥੇ ਮੋਸਟਲੀ NRIਆਂ ਦੇ ਬੱਚੇ ਪੜ੍ਹਦੇ ਆ, ਤੇ ਜੀ ਬੋਰਡਿੰਗ ਵੀ ਹੈਗਾ, ਡਿਸਕਾਲਰ ਵੀ ਹੈਗਾ, ਤੇ ਉਹ ਜੀ ਲੁਧਿਆਣੇ ਜੀ ਏਰੀਏ ਦੇ ਵਿੱਚ ਸਕੂਲ ਹੈ ਜੀ। ਇੱਕ ਔਲਖ ਸਾਹਿਬ ਤੁਸੀਂ ਆਪਦਾ ਨੰਬਰ ਵੀ ਮਾੜਾ ਜਿਹਾ ਬੋਲ ਦਿਓ, ਕਿਉਂਕਿ ਕਈ ਵਾਰੀ ਆਪਣੀ ਵੀਡੀਓ ਤੇ ਮੈਂ ਬਹੁਤ ਸਾਰੀਆਂ ਵੀਡੀਓ ਤੇ ਇੱਕ ਥੱਲੇ ਪੱਟੀ ਜ਼ਰੂਰ ਚਲਾਉਣਾ ਹੁੰਦਾ ਕਿ ਜਿਹੜਾ ਤੁਹਾਡਾ ਨੰਬਰ ਡਿਸਪਲੇ ਹੋ ਜੇ, ਪਰ ਇੱਕ ਵਾਰੀ ਤੁਸੀਂ ਬੋਲ ਦਿਓ ਆਪਦਾ ਨੰਬਰ, ਤਾਂ ਜੋ ਜੇ ਕਿਸੇ ਵੀਰ ਭਰਾ ਨੇ ਜਾਂ ਕਿਸੇ ਨੇ ਕੋਈ ਹੈਲਪ ਲੈਣੀ ਹੈ ਜਾਂ ਕੋਈ ਸਲਾਹ ਲੈਣੀ ਹੈ ਤੁਹਾਡੇ ਨਾਲ ਰਾਬਤਾ ਕਰ ਸਕਦਾ। ਹਾਂਜੀ ਵੀਰੇ, ਮੇਰਾ ਫੋਨ ਨੰਬਰ ਹੈਗਾ 9640 000 12, ਸੋ 9642300012, ਤੇ ਆਪਣਾ ਪੇਜ ਵੀ ਹੈਗਾ ਜੀ, ਜਿਵੇਂ ਸਾਰਿਆਂ ਨੂੰ ਆਲਮੋਸਟ ਪਤਾ ਹੀ ਹੈ, ਬੈਕ ਟੂ ਮਦਰਲੈਂਡ ਪੰਜਾਬ, ਫੇਸਬੁੱਕ, ਇੰਸਟਾਗ੍ਰਾਮ ਤੇ ਟਿਕਟੋਕ ਤੇ ਹੈਗਾ ਜੀ, ਉੱਥੇ ਵੀ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ, ਗੱਲ ਕਰ ਸਕਦੇ ਹੋ, ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ, ਫੋਨ ਕਰ ਸਕਦੇ ਹੋ, ਕੋਈ ਚੱਕਰ ਨਹੀਂ ਬਾਈ। ਜੀ ਮੈਂ ਇੱਥੇ ਥੋੜ੍ਹਾ ਜਿਹਾ ਔਲਖ ਸਾਹਿਬ ਵੱਲੋਂ ਐਡ ਕਰਨਾ ਚਾਹੁੰਦਾ, ਜਿਹੜੇ ਵੀ ਭੈਣ ਭਰਾ
ਲਾਈਵ ਨੂੰ ਦੇਖ ਰਹੇ ਆ, ਵੀ ਜੇ ਤੁਸੀਂ ਕੋਈ ਹਾਰਡ ਡਿਸੀਜਨ ਲੈਣ 'ਚ ਕੋਈ ਤੁਹਾਨੂੰ ਦਿੱਕਤ ਆ ਰਹੀ ਹੈ, ਕਿਸੇ ਤਰ੍ਹਾਂ ਦੀ ਹੈਲਪ ਲੈਣੀ ਹੈ, ਔਲਖ ਸਾਹਿਬ ਹਮੇਸ਼ਾ ਤੁਹਾਡੀ ਜਿਹੜੀ ਹੈਲਪ ਕਰਨ ਵਾਸਤੇ ਤਤਪਰ ਆ ਜਾਂ ਤਿਆਰ ਹੈ। ਪਰ ਸਿਰਫ ਕਹਿ ਲਓ ਵੀ ਕਈ ਵਾਰੀ ਜਿਵੇਂ ਆਪਾਂ ਪੰਜਾਬੀ 'ਚ ਕਹਿ ਲਈਏ ਵੀ ਟਾਈਮ ਚੱਕਣ ਵਾਲਾ ਕੰਮ ਨਾ ਹੋਵੇ, ਵੀ ਬਸ ਉਈ ਵੀ ਆਪਾਂ ਫੋਨ ਕਰ ਲਿਆ ਜੀ ਸਵਾਦ ਲੈਣ ਵਾਸਤੇ ਕੀ ਚੱਲ ਰਿਹਾ। ਜਿਹੜੇ ਵੀਰ ਭਰਾ ਕੋਈ ਡਿਸੀਜਨ ਲੈਣ 'ਚ ਜਿਨ੍ਹਾਂ ਨੂੰ ਕੋਈ ਦਿੱਕਤ ਆ ਰਹੀ ਆ ਜਾਂ ਉਹ ਪਤਾ ਨਹੀਂ ਲੱਗ ਰਿਹਾ ਵੀ ਇਸ ਸਟੇਜ 'ਤੇ ਅਸੀਂ ਕੀ ਕਰੀਏ, ਉਹ ਹੀ ਵੀਰ ਭਰਾ ਜਿਹੜੇ ਹੈਗੇ ਫੋਨ ਕਰਨ, ਕਿਉਂਕਿ ਅੱਜ ਦੇ ਟਾਈਮ 'ਚ ਔਲਖ ਸਾਹਿਬ ਵੀ ਇਸ ਗੱਲ ਨਾਲ ਸਹਿਮਤ ਹੋਣਗੇ ਵੀ ਕਿਸੇ ਕੋਲ ਇੰਨਾ ਸਮਾਂ ਨਹੀਂ ਹੈਗਾ ਵੀ ਆਪਾਂ ਸਾਰਾ ਦਿਨ ਫੋਨ ਸੁਣ ਲਈਏ ਜਾਂ ਆਪਾਂ ਸਾਰਾ ਦਿਨ ਇਸ ਚੀਜ਼ ਵਾਸਤੇ ਡਿਵੋਟ ਕਰ ਦਈਏ। ਮੈਂ ਕਹਿੰਦਾ ਵੀ ਮੈਂ ਧੰਨਵਾਦ ਕਰਦਾ ਪਰਸਨਲੀ ਤੌਰ 'ਤੇ ਔਲਖ ਸਾਹਿਬ ਦਾ, ਵੀ ਫਿਰ ਵੀ ਜਿਹੜਾ ਇੱਥੇ ਆ ਕੇ ਨਾਲ ਨਾਲ ਆਪਦਾ ਕੰਮ ਕਰ ਰਹੇ ਆ, ਖੇਤੀ ਕਰ ਰਹੇ ਆ, ਫਿਰ ਵੀ ਆਪਣੇ ਲੋਕਾਂ ਵਾਸਤੇ ਟਾਈਮ ਕੱਢ ਰਹੇ ਆ, ਉਹਨਾਂ ਨੂੰ ਗਾਈਡ ਕਰ ਰਹੇ ਆ, ਮੈਂ ਇਸ ਚੀਜ਼ ਵਾਸਤੇ ਵੀ ਔਲਖ ਸਾਹਿਬ ਦਾ ਧੰਨਵਾਦ ਕਰਦਾ। ਨਹੀਂ, ਬਾਈ ਇਹ ਤਾਂ ਜਿਵੇਂ ਕਹਿੰਦੇ ਹੁੰਦੇ ਆ ਇੱਕ ਫਰਜ਼ ਹੈ, ਤੁਸੀਂ ਇਹ ਲਾ ਲਓ ਆਪਣੇ ਪੰਜਾਬ ਲਈ ਸਪੈਸ਼ਲੀ, ਜੀ ਕਿਉਂਕਿ ਜਦੋਂ ਮੈਂ ਆਉਣਾ ਸੀ ਮੇਰੇ ਕੋਲੇ ਕੋਈ ਬੰਦਾ ਨਹੀਂ ਸੀ ਜਿਹਦੇ ਨਾਲ ਮੈਂ ਗੱਲ ਕਰ ਸਕਾਂ, ਜਿਹਨੂੰ ਮੈਂ ਜੀ ਪੁੱਛ ਸਕਾਂ, ਜਿਹਨੂੰ ਮੈਂ ਦੱਸ ਸਕਾਂ, ਹੈ ਨਾ। ਜੀ 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 ਦੂਜੀ ਗੱਲ ਇਹ ਆ, ਹਾਂਜੀ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਫੋਨ ਆਉਂਦੇ ਆ, ਬਾਈ ਕਿੰਨੇ ਕੁ ਬੰਦੇ ਮੂਵ ਹੋ ਗਏ, ਨਾ ਕਿ ਉਹਨਾਂ ਦਾ ਇਹ ਪਲਾਨ ਹੁੰਦਾ ਮੈਂ ਇੰਡੀਆ ਮੂਵ ਹੋਣਾ, ਹੈ ਨਾ, ਜੀ ਪਰ ਆਪਾਂ ਫਿਰ ਵੀ ਉਹਨਾਂ ਨਾਲ ਪਿਆਰ ਨਾਲ ਗੱਲ ਕਰੀ ਦੀ ਆ, ਠੀਕ ਹੈ ਜੀ, ਜੀ ਜੀ ਜਿੰਨੀ ਜਿੰਨਾ ਟਾਈਮ ਆਪਣੇ ਕੋਲੇ ਹੁੰਦਾ। ਅੱਜ ਜੀ ਤੱਕ ਮੈਨੂੰ ਲੱਗਦਾ ਵੀ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਮੈਂ ਤੈਨੂੰ ਫੋਨ ਕੀਤਾ ਤੇ ਤੁਸੀਂ ਮੇਰਾ ਫੋਨ ਨਹੀਂ ਕੀਤਾ, ਚਾਹੇ ਜੀ ਉਹ ਜੀ ਸਵੇਰੇ ਹੈ, ਦੁਪਹਿਰੇ ਹੈ, ਸ਼ਾਮ ਹੈ। ਜੀ 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 ਜੇ ਜੀ ਮੈਨੂੰ ਮੈਸੇਜ ਆ ਜਾਂਦਾ ਵੀਰੇ ਮੈਂ ਫੋਨ ਕਰਦਾ, ਜੇ ਮੰਨ ਲਓ ਫੋਰ ਐਗਜ਼ਾਮਪਲ ਮੈਂ ਬਿਜ਼ੀ ਵੀ ਹਾਂ, ਜੇ ਤੁਸੀਂ ਮੈਨੂੰ ਬਿਨਾਂ ਦੱਸੇ ਫੋਨ ਕਰ ਲਿਆ ਤਾਂ ਮੈਂ ਆਂਸਰ ਤਾਂ ਕਰਨਾ ਹੀ ਕਰਨਾ ਰਿਗਾਰਡਲੈਸ ਜੀ ਕਿਤੋਂ ਵੀ ਜੀ ਫੋਨ ਕਰ, ਚਾਹੇ ਮੈਂ ਰੋਟੀ ਵੀ ਖਾ ਰਿਹਾ। ਜੀ 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 ਤੇ ਜੇ ਤੁਸੀਂ ਮੈਨੂੰ ਮੈਸੇਜ ਕਰ ਲੈਂਦੇ ਹੋ ਤਾਂ ਉਹਦੇ 'ਚ ਇਹ ਹੋ ਜਾਂਦਾ ਵੀ ਕਈ ਵਾਰੀ ਫੋਰ ਐਗਜ਼ਾਮਪਲ ਮੈਂ ਸੁੱਤਾ ਪਿਆ ਜਾਂ ਬਾਈ ਕਦੋਂ ਫੋਨ ਕਰ ਲਈਏ, ਹੈ ਨਾ, ਉਹਦੇ ਵਿੱਚ ਜੀ ਜੀ ਉਹ ਸੀ ਸੌਖੀ ਹੋ ਜਾਂਦੀ ਮੈਨੂੰ ਥੋੜ੍ਹਾ ਜਿਹਾ ਵੀ ਮੈਂ ਬਾਈ ਡਰਾਈਵ ਕਰ ਰਿਹਾ ਜਾਂ ਮੈਂ ਘਰੇ ਜੀ ਪਹੁੰਚਣਾ, ਜੀ ਮੈਂ ਠਹਿਰ ਜੀ ਕੇ ਫੋਨ ਕਰ ਲਿਓ, ਜੀ ਬਸ ਜੀ ਹੋਰ ਜੀ ਤਾਂ ਉਹਦੇ ਵਿੱਚ ਕੋਈ ਚੱਕਰ ਨਹੀਂ ਹੈਗਾ। ਜੀ ਤੁਸੀਂ ਜੀ ਕੋਈ ਜੀ ਤਰ੍ਹਾਂ ਕਿਸੇ ਤਰ੍ਹਾਂ ਦੀ ਸਲਾਹ ਲੈਣੀ ਹੈ, ਕੋਈ ਬਿਜ਼ਨਸ ਰਿਲੇਟਡ ਕੰਮ ਕਰਨਾ, ਪੰਜਾਬ ਆਉਣਾ, ਜਾਂ ਫੋਰ ਜੀ ਐਗਜ਼ਾਮਪਲ ਜਿਵੇਂ ਮੈਨੂੰ ਕਈ ਭੈਣ ਭਰਾਵਾਂ ਦੇ ਹਸਬੈਂਡ ਵਾਈਫ ਦੇ ਵੀ ਫੋਨ ਆਉਂਦੇ, ਬਾਈ ਗੱਲ ਕਰਦਾ ਹੁੰਦਾ, ਭੈਣ ਜੀ ਕੋਲੇ ਬੈਠੇ ਹੁੰਦੇ ਆ, ਤੇ ਬੱਚਿਆਂ ਜਿਵੇਂ ਕਿ ਲੇਡੀਜ਼ ਦੇ ਅੱਡ ਤਰ੍ਹਾਂ ਦੇ ਸਵਾਲ ਹੁੰਦੇ ਆ ਬੱਚਿਆਂ ਨੂੰ ਲੈ ਕੇ, ਫੈਮਿਲੀ ਨੂੰ ਲੈ ਕੇ, ਹੈ ਨਾ, ਜੀ ਤੇ ਉਸ ਮਤਲਬ ਤੁਹਾਡੇ ਮਨ ਚ ਪੰਜਾਬ ਨੂੰ ਮੂਵ ਹੋਣ ਲਈ ਕੋਈ ਵੀ ਕੁਐਸਚਨ ਆ ਤੁਸੀਂ ਮੈਨੂੰ ਜਦੋਂ ਮਰਜ਼ੀ ਫੋਨ ਕਰ ਸਕਦੇ ਹੋ। ਦੂਜਾ ਸਵਾਲ ਸਭ ਤੋਂ ਵੱਧ ਇਹ ਉੱਠਦਾ ਹੁੰਦਾ ਵੀਰੇ ਤੁਸੀਂ ਫੋਨ ਤੇ ਸਾਡੇ ਨਾਲ ਗੱਲ ਕਿਉਂ ਕਰਦੇ ਹੋ, ਤੁਹਾਡਾ ਕੀ ਇੰਟਰਸਟ ਹੈ, ਤੁਹਾਨੂੰ ਕੀ ਮਿਲਦਾ? ਉਹਦਾ ਸਭ ਤੋਂ ਵਧੀਆ ਆਂਸਰ ਇਹੀ ਹੈ ਕਿ ਮੇਰਾ ਮੇਰੇ ਪੰਜਾਬ ਨਾਲ, ਮੇਰੇ ਵਤਨ ਨਾਲ ਪਿਆਰ ਆ, ਕਿ ਮੈਨੂੰ ਐਂ ਲੱਗਦਾ ਕਿ ਜਿਵੇਂ ਮੈਂ ਆਪਦੇ ਮਾਂ ਜੀ ਪਿਓ ਕੋਲੇ, ਆਪਦੇ ਭੈਣ ਭਰਾਵਾਂ ਕੋਲੇ ਆ ਕੇ ਰਹਿ ਰਿਹਾ। ਜੀ ਜੀ ਹਰ ਜੀ ਬੰਦਾ ਆਪਦੇ ਮਾਂ ਪਿਓ ਕੋਲੇ, ਆਪਦੇ ਭੈਣ ਭਰਾ ਕੋਲੇ ਰਵੇ, ਜੀ ਨਾ ਕਿ ਜੀ ਆਪਣੇ ਬਿਲਕੁਲ ਆਉਣ ਵਾਲੇ ਟਾਈਮ 'ਚ ਘਰਾਂ ਨੂੰ ਜਿੰਦੇ ਲੱਗਣ ਬੰਦ, ਜਿੰਦੇ ਖੁੱਲਣ, ਖੁੱਲਣ ਤੇ ਬਿਲਕੁਲ ਸਭ ਤੋਂ ਬਿਲਕੁਲ ਵੱਡੀ ਆਪਣੇ ਲਈ ਖੁਸ਼ੀ ਦੀ ਗੱਲ ਹੋਊਗੀ। ਜੀ 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 ਕਿਉਂਕਿ ਕੋਈ ਵੀ ਬੰਦਾ ਕਿਸੇ ਕੰਮ ਲਈ ਅੱਗੇ ਆਉਂਦਾ ਜਾਂ ਕੋਈ ਵੀ ਕਰਦਾ ਤਾਂ ਜ਼ਰੂਰੀ ਨਹੀਂ ਕਿ ਉਹ ਕੋਈ ਉਹਦੇ ਮਾਇੰਡ ਦੇ ਵਿੱਚ ਕੋਈ ਬਿਜ਼ਨਸ ਦੀ ਭਾਵਨਾ ਜਾਂ ਕੋਈ ਇੱਦਾਂ ਦੀ ਆ। ਜਿਹੜੇ ਕੁਛ ਲੋਕ ਉੱਦਮੀ ਹੁੰਦੇ ਆ, ਕੁਛ ਲੋਕ ਮਿਹਨਤੀ ਹੁੰਦੇ ਆ, ਕੁਛ ਹਿੰਮਤੀ ਹੁੰਦੇ ਆ, ਜਿਨ੍ਹਾਂ ਦੇ ਵਿੱਚ ਔਲਖ ਸਾਹਿਬ ਇੱਕ ਆ, ਅਤੇ ਇਹਨਾਂ ਨੇ ਬਹੁਤ ਵੱਡਾ ਯਾਨੀ ਕਿ ਵਧੀਆ ਉਪਰਾਲਾ ਕਰ ਰਹੇ ਆ, ਅਤੇ ਮੈਂ ਕਹਿੰਦਾ ਵੀ ਕਰਦੇ ਵੀ ਰਹਿਣਗੇ, ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਪੰਜਾਬ ਦੇ ਵਿੱਚ ਫਿਰ ਰੌਣਕ ਲੱਗੇ, ਜਿਹੜਾ ਯੂਥ ਆ ਜਾਂ ਸਾਡੇ NRI ਭਰਾ ਉਹ ਆਉਣ ਇੱਥੇ, ਇਨਵੈਸਟਮੈਂਟ ਕਰਨ, ਚਾਰ ਬੰਦੇ ਉਹਨਾਂ ਨਾਲ ਜੁੜਨ, ਬਿਜ਼ਨਸ ਦੇਣ, ਉਹ ਲੋਕਾਂ ਨੂੰ ਕੰਮ ਦੇਣ, ਤਾਂ ਮੈਂ ਕਹਿੰਦਾ ਪੰਜਾਬ ਵਾਸਤੇ ਬਹੁਤ ਵਧੀਆ ਗੱਲ ਹੋਊਗੀ। ਹਾਂਜੀ ਵੀਰੇ, ਦੂਜੀ ਚੀਜ਼ ਇਹ ਹੈ ਵੀ ਇਹਦੇ ਵਿੱਚ ਮੈਂ ਤੁਹਾਡਾ ਵੀ ਥੈਂਕ ਯੂ ਕਰਦਾ, ਆਪਾਂ ਆਲਮੋਸਟ 1 ਸਾਲ ਤੋਂ ਇੱਕ ਦੂਜੇ ਨੂੰ ਜਾਣਦੇ ਹਾਂ,
ਆਪਾਂ ਕਿੰਨੇ ਵਾਰੀ ਆਪਣੇ ਦਿਨ 'ਚ ਜਾਂ ਕਿੰਨੇ ਵਾਰੀ ਆਪਣੇ ਮਹੀਨੇ 'ਚ ਗੱਲ ਹੁੰਦੀ ਹੈ ਇਸ ਚੀਜ਼ ਨੂੰ ਲੈ ਕੇ। ਬਿਲਕੁਲ ਤੁਸੀਂ ਵੀ ਇੱਕ ਬਿਲਕੁਲ ਬਹੁਤ ਵੱਡਾ ਬੀੜਾ ਚੁੱਕਿਆ ਹੋਇਆ ਹੈ ਨਾ, ਜੀ ਤੁਸੀਂ ਜੀ ਜਿੰਨੇ ਵੀ ਆਲਮੋਸਟ ਪਿਛਲੇ ਸਾਲ 1.5 ਸਾਲ ਤੋਂ ਤੁਹਾਡੀਆਂ ਸਾਰੀਆਂ ਵੀਡੀਓ ਸਾਰਾ ਕੁਛ ਤੁਹਾਡਾ ਰਿਵਰਸ ਮਾਈਗ੍ਰੇਸ਼ਨ 'ਤੇ ਹੈ। ਤੁਸੀਂ ਜੀ ਇੱਕ ਜੀ ਵਕੀਲ ਹੋਣ ਦੇ ਨਾਂ 'ਤੇ ਤੁਸੀਂ ਜੀ ਜਿਵੇਂ ਕਹਿੰਦੇ ਆਪਦੀ ਪ੍ਰੈਕਟਿਸ 'ਚੋਂ ਟਾਈਮ ਕੱਢ ਕੇ, ਫੈਮਿਲੀ ਟਾਈਮ 'ਚੋਂ ਟਾਈਮ ਕੱਢ ਕੇ ਜੀ ਜੀ ਇਸ ਜੀ ਚੀਜ਼ ਲਈ ਟਾਈਮ ਕਰ ਰਹੇ ਹੋ। ਸੋ ਉਹ ਵੀ ਬਹੁਤ ਵੱਡਾ ਸ਼ਲਾਘਾਯੋਗ ਕਦਮ ਹੈ, ਜੀ ਜੀ ਕਿਉਂ ਜੀ ਕਿਉਂਕਿ ਪੰਜਾਬ 'ਚ ਬੰਦਾ ਜਿਵੇਂ ਕਹਿੰਦੇ ਹੁੰਦੇ ਆ ਵੀ ਜਿੰਨਾ ਮਰਜ਼ੀ ਵਿਹਲਾ ਹੋਵੇ ਪਰ ਫਿਰ ਵੀ ਬਿਜ਼ੀ ਹੁੰਦਾ। ਬਿਜ਼ੀ ਪਰ ਹੁੰਦਾ ਆ ਬਿਲਕੁਲ ਤੁਸੀਂ ਆਪਦੇ ਜਿਵੇਂ ਕਹਿੰਦੇ ਪਰਸਨਲ ਲਾਈਫ ਤੇ ਪਰਸਨਲ ਕੰਮ 'ਚੋਂ ਵੀ ਟਾਈਮ ਕੱਢ ਕੇ ਇਸ ਲਈ ਕੰਮ ਲਈ ਕਰ ਜੀ ਰਹੇ ਜੀ ਹੋ, ਜੀ ਜੀ ਬਹੁਤ ਵਧੀਆ ਸ਼ਲਾਘਾਯੋਗ ਕਦਮ ਹੋਵੇ। ਬਸ ਬਈ ਉਹੀ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਆ ਵੀ ਆਪਾਂ ਨੂੰ ਪੰਜਾਬ ਨਾਲ ਦੇਸ਼ ਨਾਲ ਪਿਆਰ ਆ, ਹਨਾ, ਤਾਂ ਕਰਕੇ ਚਲੋ ਜਿੰਨਾ ਕੁ ਆਪਾਂ ਕਰ ਸਕਦੇ ਹਾਂ ਸੇਵਾ ਕਰ ਸਕਦੇ ਹਾਂ ਉਨਾ ਕੁ ਆਪਾਂ ਹਾਜ਼ਰ ਆ। ਤੇ ਬਾਕੀ ਹੁਣ ਜਾਂਦੇ ਜਾਂਦੇ ਔਲਖ ਸਾਹਿਬ, ਕੋਈ ਖਾਸ ਜਿਹੜਾ ਹੈਗਾ ਮੈਸੇਜ ਤੁਸੀਂ ਆਪਣੇ ਭੈਣਾਂ ਭਰਾਵਾਂ ਤੱਕ ਪਹੁੰਚਾਉਣਾ ਚਾਹੁੰਦੇ ਹੋ? ਮੈਂ ਇੱਕ ਚੀਜ਼ ਐਡ ਹੋਰ ਕਰਨਾ ਚਾਹੁੰਦਾ, ਜਿਵੇਂ ਕਈ ਭੈਣ ਭਰਾਵਾਂ ਦੇ ਫੋਨ ਆਉਂਦੇ ਹਨ ਬਿਜ਼ਨਸ ਆਈਡੀਆ ਸ਼ੇਅਰ ਕਰਦੇ ਵੀਰੇ ਸਾਡੇ ਇਸ ਮਾਲ 'ਚ ਆਈਡੀਆ। ਜਾਂ ਇੱਕ ਥੋੜ੍ਹੇ ਦਿਨ ਪਹਿਲਾਂ ਮੈਨੂੰ ਵੀਰੇ ਦਾ ਫੋਨ ਆਇਆ ਸੀ ਕੈਨੇਡਾ ਤੋਂ ਸੀ, ਉਹ ਕਹਿੰਦੇ ਜੀ ਆਪਾਂ ਸਾਰੇ ਜਿੰਨੇ NRI ਆ ਆਪਾਂ ਇੱਕ ਏਦਾਂ ਦਾ ਪਲੇਟਫਾਰਮ ਤਿਆਰ ਕਰੀਏ ਕਿ ਪੰਜਾਬ ਦੇ ਹਰ ਪਿੰਡ 'ਚੋਂ ਦੁੱਧ ਜਾਂਦਾ ਹੈ ਨਾ, ਆਪਾਂ ਇੱਕ ਇਸ ਤਰ੍ਹਾਂ ਦੀ ਕੰਪਨੀ ਬਣਾਈਏ ਜਿੱਥੇ ਜਾ ਕੇ ਦੁੱਧ ਇਕੱਠਾ ਹੋਵੇ ਉਹ 'ਚੋਂ ਪਨੀਰ ਬਣੇ, ਹੈ ਨਾ, ਸਾਰੀਆਂ ਚੀਜ਼ਾਂ। ਤੇ ਮੇਰਾ ਕਹਿੰਦੇ ਇਹ ਚੀਜ਼ ਹੋ ਸਕਦੀ, ਮੈਂ ਕਿਹਾ ਪੋਸੀਬਲ ਸਭ ਕੁਛ ਹੈ ਪਰ ਇਹਦੇ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਆਉਣਾ ਪੈਣਾ, ਇੱਥੇ ਪਹਿਲਕਦਮੀ ਕਰਨੀ ਪੈਣੀ ਹੈ। ਦੂਜੀ ਚੀਜ਼ ਇਹ, ਕੈਨੇਡਾ ਬਹਿ ਕੇ ਤੁਸੀਂ ਇਹ ਜੰਗ ਨਹੀਂ ਜਿੱਤ ਸਕਦੇ, ਕੈਨੇਡਾ ਬਹਿ ਕੇ ਕੰਪਨੀ ਖੋਲ ਕੇ ਚਲਾ ਨਹੀਂ ਸਕਦੇ ਜੀ। ਦੂਜੀ ਚੀਜ਼ ਇਹ, ਸਾਲ 2 ਸਾਲਾਂ ਤੱਕ ਆਪਣੀ ਜਿਹੜਾ ਨੰਬਰ ਹੈ, ਜੇ ਅੱਜ ਦੇ ਟਾਈਮ ਆਪਾਂ 1-2% ਆ ਜਿਹੜੇ NRI ਵਾਪਸ ਆਏ ਆ, ਤਾਂ ਆਉਣ ਵਾਲੇ ਸਾਲਾਂ 'ਚ 2026 ਤੱਕ 15-20% ਆਪਣੀ ਪਾਪੂਲੇਸ਼ਨ ਇੱਥੇ ਹੋ ਜੂਗੀ ਹੋ ਜੂਗੀ। ਉਹਦਾ ਸਭ ਤੋਂ ਵੱਡਾ ਕਾਰਨ ਹੈ ਕਿਉਂਕਿ ਜਿਹੜੇ ਓਲਡ ਏਜ ਆਪਣੇ ਮਾਂ ਪਿਓ ਦਾਦੇ ਭੈਣ ਭਰਾ ਜੀ ਜਿਨ੍ਹਾਂ ਦੀ ਉਮਰ ਹੋ ਜੂਗੀ, ਉਹ ਜਿਵੇਂ ਕਹਿੰਦੇ ਹੁੰਦੇ ਆ ਵੀ ਮੈਂ ਨਹੀਂ ਚਾਹੁੰਦਾ ਕਿਸੇ ਦਾ ਵੀ ਮਾਂ ਪਿਓ ਜਾਵੇ, ਪਰ ਉਹ ਜਿਵੇਂ ਕਹਿੰਦੇ ਇਸ ਦੁਨੀਆਂ 'ਚੋਂ ਜਾ ਚੁੱਕੇ ਹੋਣਗੇ, ਜ਼ਿਆਦਾ ਇੱਥੇ ਯੂਥ ਰਹਿ ਜੂਗਾ ਤੇ ਜਾਂ ਜਿਹੜੇ ਬੰਦੇ ਵਾਪਸ ਆਏ ਆ ਉਹ ਹੋਣਗੇ ਇੱਥੇ ਮੈਜੋਰਟੀ 'ਚ, ਸੋ ਉਹਦੀ ਗਿਣਤੀ ਬਹੁਤ ਵੱਧ ਜੂਗੀ ਉਸ ਟਾਈਮ 'ਚ ਜਾ ਕੇ। ਫਿਰ ਮੈਂ ਕਿਹਾ ਵੀ ਆਪਾਂ ਕਾਲ ਦੇ ਕੇ ਦੇਖ ਲਾਂਗੇ, ਇੱਕ ਟਾਊਨ ਹਾਲ ਕਰ ਲਾਂਗੇ ਜਾਂ ਆਪਾਂ ਫੋਨ ਕਰਕੇ, ਜਿਵੇਂ ਵੀ ਆਪਣਾ ਕੋਈ ਪਲਾਨ ਬਣਿਆ, ਜਾਂ ਜਦੋਂ ਜੇ ਆਪਾਂ 2024 ਦੇ ਐਂਡ ਤੱਕ ਹੀ ਇੱਦਾਂ ਲੱਗਦਾ ਕਿ ਆਪਣੀ ਗਿਣਤੀ ਬਹੁਤ ਵੱਡੀ ਹੋਊਗੀ ਆਪਾਂ ਕੋਈ ਵੱਡਾ ਇਨੀਸ਼ੀਏਟਿਵ ਲੈ ਸਕਦੇ ਹਾਂ, ਹੈ ਨਾ ਜੀ 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 ਤੋਂ ਆਪਾਂ ਇਨੀਸ਼ੀਏਟਿਵ ਜ਼ਰੂਰ ਲਵਾਂਗੇ। ਇਹ ਤਾਂ ਇੱਕ ਸਿਰਫ ਮੈਂ ਆਈਡੀਆ ਸ਼ੇਅਰ ਕੀਤਾ, ਇੱਦਾਂ ਦੇ ਮੈਨੂੰ ਲੋਕ ਬਹੁਤ ਤਰ੍ਹਾਂ ਦੇ ਆਈਡੀਆ ਦਿੰਦੇ ਆ, ਹੈ ਨਾ, ਜਾਂ ਗੱਲ ਕਰਦੇ ਆ, ਪਰ ਸਭ ਤੋਂ ਉਹ ਆਈਡੀਆ ਨੂੰ ਇੰਪਲੀਮੈਂਟ ਕਰਨ ਵਾਸਤੇ, ਆਈਡੀਆਜ਼ ਨੂੰ ਨੇਪਰੇ ਚੜਾਉਣ ਵਾਸਤੇ ਤੁਹਾਨੂੰ ਪੰਜਾਬ ਆਉਣਾ ਸਭ ਤੋਂ ਪਹਿਲ ਕਦਮੀ ਹੈ। ਪੰਜਾਬ 'ਚ ਆਓ, ਪੰਜਾਬ 'ਚ ਰਹੋ, 6 ਮਹੀਨੇ 1 ਸਾਲ ਤੁਹਾਨੂੰ ਇੱਥੋਂ ਦੀ ਸਾਰੀਆਂ ਚੀਜ਼ਾਂ ਬਾਰੇ ਸਮਝ ਆ ਜੂਗੀ, ਜਿਹੜੀ ਗੱਲ ਅਸੀਂ ਕਰਦੇ ਹਾਂ ਕਿ ਉਹ ਗੱਲ ਸੱਚ ਹੈ ਕਿ ਝੂਠ ਹੈ। ਜੀ ਜੀ, ਬਸ ਮੈਂ ਇਹੀ ਕਹਿਣਾ ਚਾਹੁੰਦਾ ਸੀ ਜੀ। ਜੀ 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 ਔਲਖ ਸਾਹਿਬ, ਤੁਸੀਂ ਸਮਾਂ ਕੱਢਿਆ, ਆਪਦਾ ਕੀਮਤੀ ਸਮਾਂ ਦਿੱਤਾ, ਐਡੀ ਵਧੀਆ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਥੈਂਕ ਯੂ ਭਾਈ ਤੁਹਾਡਾ, ਉਮੀਦ ਕਰਦੇ ਹਾਂ ਵੀ ਸਮੇਂ ਸਮੇਂ ਤੇ ਜਦੋਂ ਸਾਨੂੰ ਲੋੜ ਪਊਗੀ ਤੁਹਾਡਾ ਜਿਹੜਾ ਹੈਗਾ ਟਾਈਮ, ਅਸੀਂ ਕੀਮਤੀ ਟਾਈਮ ਜ਼ਰੂਰ ਲਵਾਂਗੇ। ਨਹੀਂ ਨਹੀਂ ਬਾਈ, ਕੋਈ ਗੱਲ ਨਹੀਂ, ਸੋਰੀ ਤੁਹਾਡਾ, ਤੁਹਾਨੂੰ ਤਾਂ ਬਹੁਤ ਦਿਨ ਹੋ ਗਏ ਰਿਕੁਐਸਟ ਕਰਦਿਆਂ ਨੂੰ, ਮੇਰੇ ਕੋਲੇ ਆਪਦੇ ਕੋਲੇ ਟਾਈਮ ਹੈ ਨਹੀਂ ਸੀ, ਤਾਂ ਹੀ ਮੈਂ ਤੁਹਾਨੂੰ ਕਿਹਾ ਸੀ ਅੱਜ ਦੁਪਹਿਰੇ। ਨਹੀਂ ਨਹੀਂ ਮੈਂ ਸਮਝ ਸਕਦਾ ਜੀ, ਮੈਂ ਸਮਝ ਸਕਦਾ ਕਿ ਆਪਾਂ ਬਾਈ ਕੋਈ ਗੱਲ ਨਹੀਂ, ਅੱਜ ਰਾਤ ਨੂੰ ਟਾਈਮ ਕੱਢਦੇ ਆਪਾਂ ਗੱਲ ਕਰਦੇ। ਬਿਲਕੁਲ 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 ਬਿਲਕੁਲ, ਠੀਕ ਹੈ ਔਲਖ ਸਾਹਿਬ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਥੈਂਕ ਯੂ ਬਾਈ, ਵਾਂਸ ਅਗੇਨ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ।